ਜੇ ਝਾੜੂ ਚੱਕਣਾ ਤਾਂ ਛਿੱਤਰ ਖਾਓਗੇ ਇਹਨਾਂ ਨੇ ਹੱਥ 'ਚ ਝਾੜੂ ਫੜਾ ਦੇਣਾ ਗਲੀਆਂ ਨਾਲੀਆਂ ਸੁੰਭਰਦੇ ਫਿਰਿਓ ਤੇ ਜਦੋਂ ਇਹਨਾਂ ਦਾ ਮਨ ਕਰੂਗਾ ਥੋੜੇ ਆ ਕੇ ਚਾਰ ਛਿੱਤਰ ਵੀ ਮਾਰ ਜਾਣਗੇ ਤੇ ਦਿੱਲੀ ਤੋਂ ਅਰਵਿੰਦ ਕੇਜਰੀਵਾਲੇ ਕਹਿੰਦੇ ਵੀ ਦਿੱਲੀ ਤੋਂ ਨਹੀਂ ਕੋਈ ਆਰਡਰ ਚੱਲੂਗਾ ਭਗਵੰਤ ਮਾਨ ਹੀ ਚਲਾਊਗਾ ਸਰਕਾਰ ਇਹਦਾ ਮਤਲਬ ਭਗਵੰਤ ਮਾਨ ਤਾਂ ਇੱਕ ਮੋਹਰਾ ਹੋਊਗਾ ਕੇਜਰੀਵਾਲ ਪੰਜਾਬ 'ਚ ਕੁਝ ਹੋਰ ਵਾਦੇ ਕਰਕੇ ਜਾਂਦਾ ਇੱਥੇ ਉਹਦੇ ਇੰਟਰਸਟ ਕੁਝ ਹੋਰ ਆ ਇੱਥੋਂ 200 300 ਕਿਲੋਮੀਟਰ ਦਿੱਲੀ ਜਾਊਗਾ ਉਹਦੇ ਇੰਟਰਸਟ ਬਦਲ ਜਾਂਦੇ ਆ ਇੱਕ ਸਵਾਲ ਕੇਜਰੀਵਾਲ ਨੂੰ ਆਪਾਂ ਪੁੱਛਦੇ ਆ ਤੁਸੀਂ ਕਹਿੰਦੇ ਹੋ ਪੰਜਾਬ ਨੂੰ ਪੰਜਾਬ ਬਣਾਵਾਂਗੇ ਪੰਜਾਬ ਦੇ ਹੱਕ ਦੇਵਾਂਗੇ ਫਿਰ ਜਿਹੜਾ ਅਸੀਂ ਦਿੱਲੀ ਨੂੰ ਪਾਣੀ ਦਿੰਨੇ ਆ ਉਹਦਾ ਮੁੱਲ ਦੇ ਦਿਓ ਜਦੋਂ ਜੰਗਲ ਨੂੰ ਅੱਗ ਲੱਗੀ ਹੋਵੇ ਪਾਣੀ ਪਾਉਣ ਵਾਲਿਆਂ 'ਚ ਖੜਦੇ ਹਾਂ ਖੇਲ ਅੱਗ ਲਾਉਣ ਵਾਲਿਆਂ 'ਚ ਖੜਦੇ ਹਾਂ ਹੁਣ ਤੁਸੀਂ ਇਹ ਦੱਸੋ ਕੇਜਰੀਵਾਲ ਸ਼ਾਂਤੀ ਮਾਰਚ ਪੰਜਾਬ ਚ ਆ ਕੇ ਕਰਦਾ ਤੇ ਸਾਡੀਆਂ 3ਆਂ ਭੈਣਾਂ ਦੀ ਪੇਪੱਤੀ ਦਿੱਲੀ 'ਚ ਹੋ ਰਹੀ ਆ ਦਿੱਲੀ 'ਚ ਕਿਉਂ ਨਹੀਂ ਸ਼ਾਂਤੀ ਮਾਰਚ ਕਰਦੇ ਸਾਨੂੰ ਕੀ ਸ਼ਾਂਤੀ ਮਾਰਚ ਦੀ ਲੋੜ ਪਈ ਆ ਕੌਮ ਨੇ ਬਹੁਤ ਇੱਕ ਪੱਧਰ ਤੇ ਕਦੇ ਇਹ ਗੱਲ ਹੀ ਨਹੀਂ ਸਮਝੀ ਸਾਡਾ ਆਗੂ ਕੌਣ ਆ ਤੇ ਸਾਡਾ ਜਰਨੈਲ ਕੌਣ ਆ ਕੌਮ ਕੋਲੇ ਆਪਦਾ ਕੋਈ ਸਟਰਕਚਰ ਹੀ ਨਹੀਂ ਆ ਕੌਮ ਇੱਕ ਗੁਲਾਮੀ ਦੇ ਦੌਰ ਚੋਂ ਲੰਘ ਰਹੀ ਆ 90 ਤੋਂ ਵੱਧ ਪਰਸੈਂਟ ਸਾਡੀਆਂ ਸ਼ਹਾਦਤਾਂ ਸਾਡੀ ਕੁਰਬਾਨੀ ਆ ਅਸੀਂ ਦਾਵਾ ਪੇਸ਼ ਕਰਦੇ ਆ ਵੀ ਸਾਡੇ ਕੋਲੇ ਕੋਈ ਆਵਦਾ ਹੋਵੇ ਜੀ ਬਾਈ ਹਾਲਾਤ ਕਿਵੇਂ ਬਦਲੇ ਕਿੱਥੇ ਸਣੀ ਦੇ ਹਾਲ ਸੀ ਕਿੱਥੇ ਮਾਨਸਾਹ ਨਹੀਂ ਜੀ ਦੇਖੋ ਉਸ ਵੇਲੇ ਸਿਚੁਏਸ਼ਨ ਜਿਹੜੀ ਇੱਕ ਬੜੀ ਨਾਰਮਲ ਚੱਲ ਰਹੀ ਸੀ ਤੇ ਜ਼ਮੀਰਾਂ ਦੀ ਆਵਾਜ਼ ਉਸ ਨਾਰਮਲ ਸਿਚੁਏਸ਼ਨ ਚ ਸਾਨੂੰ ਜ਼ਮੀਰ ਆਵਾਜ਼ ਹੀ ਨਹੀਂ ਮਾਰਦੀ ਕਿਉਂਕਿ ਬੜਾ ਇੱਕ ਸਭ ਕੁਝ ਨਾਰਮਲ ਚੱਲ ਰਿਹਾ ਫਿਰ ਉਸ ਤੋਂ ਬਾਅਦ ਇੱਕ ਸੰਘਰਸ਼ ਉੱਠਿਆ ਕਿਸਾਨੀ ਸੰਘਰਸ਼ ਜਿਹਦੇ ਚ ਉਹ ਪੜਾ ਇਤਿਹਾਸ ਦਾ ਸਮੇਂ ਦਾ ਨਾਰਮਲ ਨਹੀਂ ਸੀ ਟਰਬਲੈਂਟ ਸੀ ਪੀਰੀਅਡ ਉਹ ਟਰਬਲੈਂਟ ਪੀਰੀਅਡ ਚ ਸਾਡੀ ਜਮੀਰ ਨੇ ਵੀ ਆਵਾਜ਼ ਦੇਣੀ ਹੁੰਦੀ ਆ ਸੁੱਤੀ ਜਮੀਰ ਨੇ ਜਾਗਣਾ ਵੀ ਹੁੰਦਾ ਤੇ ਉਸ ਵੇਲੇ ਤੁਹਾਡੇ ਕਿਰਦਾਰ ਦੀ ਵੀ ਪਰਖ ਹੋਣੀ ਹੁੰਦੀ ਆ ਉਸ ਵੇਲੇ ਤੁਸੀਂ ਕਿਹੜੇ ਪਾਸੇ ਖੜਦੇ ਹੋ ਜਾ ਕੇ ਜਦੋਂ ਜੰਗਲ ਨੂੰ ਅੱਗ ਲੱਗੀ ਹੋਵੇ ਪਾਣੀ ਪਾਉਣ ਵਾਲਿਆਂ ਚ ਖੜਦੇ ਹੋ ਖੇਲ ਅਗਲਾਉਣ ਵਾਲਿਆਂ 'ਚ ਖੜਦੇ ਹਾਂ ਉਹ ਉਹਨਾਂ ਹਾਲਾਤਾਂ 'ਚ ਫਿਰ ਪਤਾ ਲੱਗਦਾ ਜਦੋਂ ਹਾਲਾਤ ਬਣੇ ਫਿਰ ਜਿੱਥੇ ਖੜਨਾ ਚਾਹੀਦਾ ਸੀ ਉੱਥੇ ਖੜ ਗਏ ਆਖੇ ਜੀ ਬਹੁਤ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਹੈਗੇ ਨੇ ਪਾਰਟੀਆਂ ਬਹੁਤ ਨੇ ਬਾਈ ਜੀ ਚੰਗੀਆਂ ਵੀ ਨੇ ਆਮ ਆਦਮੀ ਪਾਰਟੀ ਨੂੰ ਵੀ ਲੋਕ ਬਦਲਾਅ ਦੇ ਰੂਪ 'ਚ ਦੇਖਣਾ ਚਾਹੁੰਦੇ ਆ ਪਰ ਤੁਸੀਂ ਮਾਨ ਸਾਹਿਬ ਨੂੰ ਹੀ ਉਸ ਸ਼ਖਸੀਅਤ ਨੂੰ ਕਿਉਂ ਚੁਣਦੇ ਹੋ ਦੇਖੋ ਸਾਡੀ ਕੌਮੀਅਤ ਦੀ ਗੱਲ ਅੱਜ ਤੱਕ ਸਿਰਫ ਇੱਕ ਸਖਸ਼ ਨੇ ਕੀਤੀ ਆ ਹੁਣ ਆ ਤਾਂ ਅਸੀਂ ਇਹ ਕਹਿ ਦਈਏ ਵੀ ਆਪਦੀ ਕੌਮੀਅਤ ਨੂੰ ਅਸੀਂ ਭੁੱਲ ਗਏ ਆ ਸਾਡੀ ਸੋਵਰਨਿਟੀ ਦੀ ਗੱਲ ਜਿਹੜੀ ਸਾਨੂੰ ਗੁਰੂ ਸਾਹਿਬ ਨੇ ਬਖਸ਼ੀ ਆ ਉਹ ਸਕਸ਼ ਨੇ ਅੱਜ ਤੱਕ ਗੱਲ ਕੀਤੀ ਆ ਇੱਕੋ ਹੀ ਸ਼ਖਸ਼ ਇੱਕ ਸ਼ਖਸ਼ੀਅਤ ਉਹ ਆ ਜਿਹਨੇ ਕਦੇ ਸਿਧਾਂਤ ਤੇ ਸਮਝੌਤਾ ਨਹੀਂ ਕੀਤਾ ਇੱਕ ਸ਼ਖਸ਼ੀਅਤ ਉਹ ਆ ਜਿਹੜਾ ਚਾਰ ਦੇ ਹਾਕਿਆਂ ਤੋਂ ਸਾਡੇ ਲਈ ਸੰਘਰਸ਼ ਕਰ ਰਿਹਾ ਪਰ ਅਸੀਂ ਹਮੇਸ਼ਾ ਪਿੱਠ ਦਿਖਾਈ ਆ ਹੁਣ ਜਦੋਂ ਮੈਂ ਕਿਹਾ ਕ੍ਰਾਈਸਿਸ ਆਉਂਦਾ ਨਾ ਕ੍ਰਾਈਸਿਸ ਆਪਦੇ ਤੇ ਬਗਾਨਿਆਂ ਦੀ ਪਛਾਣ ਕਰਾ ਜਾਂਦਾ ਇਹ ਕ੍ਰਾਈਸਿਸ ਦਾ ਜਦੋਂ ਸਮਾਂ ਪੈਂਦਾ ਤੀ ਹਵਾ ਵਗਦੀ ਆ ਉਦੋਂ ਆਪਦੇ ਤੇ ਬਗਾਨਿਆਂ ਦੀ ਪਛਾਣ ਹੁੰਦੀ ਹੈ ਨਾ ਇਸ ਲਈ ਸਮਾਂ ਵੀ ਔਖਾ ਆਉਣਾ ਬਹੁਤ ਜ਼ਰੂਰੀ ਆ ਉਹ ਐਸੇ ਸਮੇਂ ਚੋਂ ਨੰਗ ਕੇ ਕਿਸਾਨੀ ਸੰਘਰਸ਼ ਚੋਂ ਨੰਗ ਕੇ ਝੋਣ ਆਈ ਝੋਣ ਚ ਜਦੋਂ ਆ ਕੇ ਆਪਾਂ ਖੜੇ ਆ ਉਦੋਂ ਪਹਿਲਾਂ ਉਹ ਕ੍ਰਾਈਸਿਸ ਚ ਇਹ ਸਮਝ ਗਏ ਵੀ ਸਾਡਾ ਕੌਣ ਆ ਤੇ ਬਗਾਨਾ ਕੌਣ ਆ ਬਾਈ ਜੀ ਆਪਾਂ ਹੁਣ ਇੱਥੇ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਗਲਤ ਕਹੀਏ ਜਾਂ ਫਿਰ ਕੌਮ ਨੂੰ ਗਲਤ ਕਹੀਏ ਕਿਉਂਕਿ ਇੱਕ ਲੰਮੇ ਸਮੇਂ ਤੋਂ ਤੁਸੀਂ ਚਾਰ ਦਿਖਾ ਕੇ ਦੀ ਗੱਲ ਕਰਦੇ ਹੋ ਇਹ ਸੰਘਰਸ਼ ਕਰੀ ਜਾ ਰਹੇ ਨੇ ਇੱਕ ਵਾਰ ਲੋਕ ਸਭਾ ਜਾਂਦੇ ਨੇ ਮਲਕੀ ਨਹੀਂ ਇਹ ਇਹਨਾਂ ਨੂੰ ਪਛਾਣ ਪਾਰੇ ਕਾਰਨ ਕੀ ਲੱਗਦਾ ਜਾਂ ਇਹਨਾਂ ਦੇ ਪ੍ਰਚਾਰ ਕਰਨ ਦਾ ਢੰਗ ਠੀਕ ਨਹੀਂ ਨਹੀਂ ਇਹ ਗੱਲ ਨਹੀਂ ਹੈ ਜੀ ਦੇਖੋ ਮਾਨ ਸਾਹਿਬ ਨੇ ਤਾਂ ਜਿਸ ਤਰ੍ਹਾਂ ਸਾਨੂੰ ਰਿਪਰੈਜ਼ੈਂਟ ਕੀਤਾ ਮਾਨ ਸਾਹਿਬ ਨੇ ਸਾਡੇ ਪ੍ਰਾਈਮ ਮਿਨਿਸਟਰਸ ਤੋਂ ਲੈ ਕੇ ਬਾਹਰਲੇ ਦੇਸ਼ਾਂ ਦੇ ਐਮਬੈਸਡਰਸ ਤੋਂ ਲੈ ਕੇ ਕੌਮ ਨੂੰ ਹਰ ਜਗ੍ਹਾ ਰਿਪਰੈਜ਼ੈਂਟ ਕੀਤਾ ਮਾਨ ਸਾਹਿਬ ਆਪ ਦਾ ਕੰਮ ਕਰਦੇ ਰਹੇ ਕੌਮ ਨੇ ਆਪਦਾ ਕੰਮ ਨਹੀਂ ਕੀਤਾ ਕੌਮ ਨੇ ਬਹੁਤ ਇੱਕ ਪੱਧਰ ਤੇ ਕਦੇ ਇਹ ਗੱਲ ਹੀ ਨਹੀਂ ਸਮਝੀ ਸਾਡਾ ਆਗੂ ਕੌਣ ਆ ਤੇ ਸਾਡਾ ਜਰਨੈਲ ਕੌਣ ਹੁਣ ਉਹਦਾ ਵੀ ਕਾਰਨ ਇਹ ਆ ਉਹਦਾ ਕਾਰਨ ਇਹ ਹੈ ਵੀ ਕੌਮ ਕੋਲੇ ਆਪਦਾ ਕੋਈ ਸਟਰਕਚਰ ਹੀ ਨਹੀਂ ਆ ਕੌਮ ਇੱਕ ਗੁਲਾਮੀ ਦੇ ਦੌਰ ਚੋਂ ਲੰਘ ਰਹੀ ਆ ਉਸ ਗੁਲਾਮੀ ਦੇ ਦੌਰ ਚ ਤੁਹਾਡੇ ਕੋਲੇ ਬੜੇ ਤਰ੍ਹਾਂ ਦੇ ਮਸਲੇ ਆ ਦਾ ਪੈਦਾ ਹੋਣਾ ਸੁਭਾਵਿਕ ਆ ਸਾਡੀ ਸਮਝ ਨਾ ਬੰਨੀ ਵੀ ਸੁਭਾਵਿਕ ਆ ਪਰ ਮੈਂ ਤੁਹਾਨੂੰ ਜਿਵੇਂ ਕਿਹਾ ਨਾ ਔਰ ਇਹ ਗੱਲ ਸਾਰਿਆਂ ਤੇ ਸਾਡੇ ਲਾਗੂ ਹੁੰਦੀ ਆ ਬਹੁਤ ਸਾਡੇ ਬੰਦੇ ਉਹ ਦੇਖੋ ਤੁਸੀਂ ਦਿੱਲੀ ਵਾਲਿਆਂ ਨਾਲ ਦਹਾਕਿਆਂ ਤੋਂ ਰਾਲੇ ਫਿਰਦੇ ਆ ਹੁਣ ਵੀ ਰਾਲੇ ਫਿਰਦੇ ਆ ਕਿਉਂਕਿ ਸਮਝ ਉਹਨਾਂ ਦੀ ਹਜੇ ਉੱਥੇ ਪੈਦਾ ਹੋਈ ਨਹੀਂ ਬਹੁਤ ਇੱਕ ਪੱਧਰ ਤੇ ਗੱਲ ਹੀ ਨਹੀਂ ਸਮਝੀ ਵੀ ਜਿਹੜਾ ਸਾਡੀ ਕੌਮੀਅਤ ਦੀ ਗੱਲ ਕਰਦਾ ਜਿਹੜਾ ਸਾਡੀ ਸੋਵਰਨਿਟੀ ਦੀ ਗੱਲ ਕਰਦਾ ਜਿਹੜੀ ਜਿਹੜਾ ਆਗੂ ਪੰਜਾਬੀ ਭਾਈਚਾਰੇ ਦੀ ਗੱਲ ਕਰਦਾ ਜਿਹੜਾ ਆਗੂ ਵੈਲ এডਿਕੇਟਡ ਆ ਜਿਹੜਾ ਸਾਨੂੰ ਕਿਤੇ ਰਿਪਰੈਜ਼ੈਂਟ ਕਰਨ ਵਾਸਤੇ ਸਾਡੀ ਨੁਮਾਇੰਦਗੀ ਵਾਸਤੇ ਉਹ ਬਹੁਤ ਇਕਵਿਪਟ ਆ ਇਨ ਟਰਮਸ ਆਫ ਨੈਸ਼ਨਲੀ ਵੀ ਸਾਡੀ ਰਿਪਰੈਜ਼ੈਂਟੇਸ਼ਨ ਦੇ ਸਕਦਾ ਇੰਟਰਨੈਸ਼ਨਲੀ ਵੀ ਦੇ ਸਕਦਾ ਅਸੀਂ ਉਸ ਆਗੂ ਨੂੰ ਹਮੇਸ਼ਾ ਨਿਰਾਸ਼ ਕੀਤਾ ਕਿਉਂਕਿ ਕਈ ਕਈ ਲੋਕ ਇਹ ਕਹਿੰਦੇ ਨੇ ਵੀ ਮਾਨ ਸਾਹਿਬ ਨੂੰ ਹੁਣ ਤੱਕ ਰਾਜਨੀਤੀ ਨਹੀਂ ਕਰਨੀ ਆਈ ਉਹਦਾ ਕਾਰਨ ਉਹ ਇਹ ਕਹਿੰਦੇ ਨੇ ਉਹ ਕਹਿੰਦੇ ਜਿਵੇਂ ਹੁਣ ਭਾਜਪਾ ਆ ਜੀ ਉਹ ਸਾਰੇ ਲੋਕਾਂ ਨੂੰ ਵਿਕਾਸ ਦੀਆਂ ਗੱਲਾਂ ਕਰਦੀ ਹੈ ਆਪਾਂ ਇਹ ਦੇਣਾ ਜੀ ਗਰੀਬਾਂ ਲਈ ਇਹ ਕਰਾਂਗੇ ਤੇ ਪਰ ਮਾਨ ਸਾਹਿਬ ਦਾ ਭਾਸ਼ਣ ਸ਼ੁਰੂ ਹੁੰਦਾ ਪੰਥ ਦੀ ਗੱਲ ਤੋਂ ਤੇ ਨਿਰੋਲ ਪੰਥ ਦੇ ਨਾਲ ਵੀ ਉਹ ਕਹਿੰਦੇ ਵੀ ਠੀਕ ਹੈ ਪੰਥ ਦੀ ਗੱਲ ਪਹਿਲਾਂ ਰਾਜ ਲੈ ਲਓ ਤੇ ਫਿਰ ਪੰਥ ਦੀ ਗੱਲ ਕਰ ਲਓ ਜਿਵੇਂ ਉਹ ਹੁਣ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਹੱਥ ਗੱਦੀ ਹੈ ਜੀ ਤਾਂ ਹਿੰਦੂ ਰੇਸ਼ਟਰ ਦੀ ਗੱਲ ਬਾਅਦ ਵਿੱਚ ਉਹ ਸ਼ੁਰੂ ਕਰਦੇ ਆ ਤੇ ਇਸੇ ਤਰ੍ਹਾਂ ਬਹੁਤ ਲੋਕਾਂ ਦੇ ਕਮੈਂਟ ਨੇ ਬਾਈ ਜੀ ਬ ਉਹਦੇ ਪਿੱਛੇ ਤੁਸੀਂ ਕਹਿੰਦੇ ਹੋ ਉਹਨਾਂ ਨੇ ਰਾਜ ਲਿਆ ਤੇ ਫਿਰ ਉਹ ਰਾਸ਼ਟਰ ਦੀ ਗੱਲ ਕਰਦੇ ਆ ਆਰਐਸਐਸ 100 ਸਾਲ ਤੋਂ ਵੱਧ ਦਾ ਸੰਘਰਸ਼ ਆ ਉਹਨਾਂ ਕੋਲੇ ਫਿਰ ਉਹਨਾਂ ਦੀ ਹਕੂਮਤ ਹਮੇਸ਼ਾ ਹੀ ਰਹੀ ਆ ਚਾਹੇ ਉਹ ਕਾਂਗਰਸ ਦੇ ਰੂਪ ਚ ਹੋਵੇ ਚਾਹੇ ਉਹ ਕਦੇ ਜਨਤਾਦਲ ਦੇ ਰੂਪ ਚ ਹੋਵੇ ਚਾਹੇ ਉਹ ਭਾਜਪਾ ਦੇ ਰੂਪ ਚ ਹੋਵੇ ਹਕੂਮਤ ਹਮੇਸ਼ਾ ਹੀ ਰਹੀ ਆ ਸਥਿਤੀ ਉਹਨਾਂ ਦੀ ਹਮੇਸ਼ਾ ਹੀ ਅਨੁਕੂਲ ਰਹੀ ਆ ਸਾਡੀ ਨਾ ਤਾਂ ਹਕੂਮਤ ਆ ਨਾ ਸਾਡੇ ਕੋਲੇ ਕੋਈ ਆਪਦਾ ਸਟਰਕਚਰ ਆ ਨਾ ਸਾਡੇ ਕੋਲੇ ਉਸ ਤਰ੍ਹਾਂ ਦੇ ਆਗੂ ਅਸੀਂ ਪੈਦਾ ਕਰ ਸਕੇ ਜਿਹੜੇ ਸਾਡੀ ਕੌਮियत ਤੇ ਪੈਰਾ ਦੇ ਸਕਣ ਸਿਰਫ ਮਾਨ ਸਾਹਿਬ ਤੋਂ ਇਲਾਵਾ ਗਲਤੀ ਕੀਤੀ ਹੈ ਜੀ ਕਿੱਥੇ ਹੋਈ ਹੈ ਦੇਖੋ ਗਲਤੀ ਕੀ ਆ ਗਲਤੀ ਸਾਡੀ 47 ਤੋਂ ਹੋਈ ਆ ਜਦੋਂ ਸਾਡੇ ਕੋਲੇ ਸਾਡੀ ਰਿਪਰੈਜੈਂਟੇਸ਼ਨ ਦੇ ਨਾਲੇ ਆਗੂ ਹੀ ਨਹੀਂ ਸੀ ਜਿਹੜੇ ਇਹ ਕਹਿ ਸਕਦੇ ਵੀ ਸਾਡੀ ਕੌਮियत ਕਿੱਥੇ ਗਈ ਅਸੀਂ ਆਪਦਾ ਰਾਜ ਮਾਨ ਦੇ ਸੀ ਅਸੀਂ ਸੰਘਰਸ਼ ਕੀਤਾ ਆਜ਼ਾਦੀ ਲਈ ਸੰਘਰਸ਼ ਕੀਤਾ ਉਹਦੇ ਚ 90 ਤੋਂ ਵੱਧ ਪਰਸੈਂਟ ਸਾਡੀਆਂ ਸ਼ਹਾਦਤਾਂ ਸਾਡੀ ਕੁਰਬਾਨੀਆਂ ਅਸੀਂ ਦਾਵਾ ਪੇਸ਼ ਕਰਦੇ ਆਂ ਵੀ ਸਾਡੇ ਕੋਲੇ ਕੁਛ ਆਵਦਾ ਹੋਵੇ ਉਹ ਦਾਵਾ ਨਹੀਂ ਪੇਸ਼ ਕੀਤਾ ਗਿਆ ਜੇ ਪੇਸ਼ ਕੀਤਾ ਗਿਆ ਤਾਂ ਬੜੇ ਆਪਾਂ ਇਹ ਕਹਿ ਲਈਏ ਵੀ ਬੜੇ ਸੌਖੇ ਜਿਹੇ ਢੰਗ ਨਾਲ ਪੇਸ਼ ਕੀਤਾ ਗਿਆ ਉਹਦੇ ਤੇ ਕਿਸੇ ਨੇ ਅਸਰਟ ਹੋ ਕੇ ਕੰਮ ਨਹੀਂ ਕੀਤਾ 1970 ਦੇ ਵਿੱਚ ਤਾਂ ਪੇਸ਼ ਕੀਤਾ ਜਾਂਦਾ ਨਾ ਜਦੋਂ 18 ਮਤੇ ਲੈ ਕੇ ਆਏ ਜਾਂਦੇ ਆ ਉਹਦੇ ਵਿੱਚ ਤਾਂ ਗੱਲ ਕੀਤੀ ਦੇਖੋ ਫਿਰ ਉਹ ਦਾਵਾ ਪੇਸ਼ ਹੋਇਆ ਧਰਮਯੋਧ ਮੋਰਚੇ ਤੋਂ ਜਦੋਂ ਫੈਡਰਲ ਸਟਰਕਚਰ ਦੀ ਗੱਲ ਸ਼ੁਰੂ ਹੋਈ ਜਦੋਂ ਖੁਦਮਖਤਿਆਰੀ ਦੀ ਗੱਲ ਸ਼ੁਰੂ ਹੋਈ ਪਰ ਤੁਸੀਂ ਉਦੋਂ ਤੱਕ ਸਟੇਟ ਇੰਨੀ ਪਾਵਰਫੁੱਲ ਹੋ ਚੁੱਕੀ ਸੀ ਵੀ ਜਦੋਂ ਤੁਸੀਂ ਆਪਦੇ ਹੱਕਾਂ ਦੀ ਗੱਲ ਕਰਦੇ ਹੋ ਤੁਹਾਡੇ ਤੇ ਟੈਂਕ ਚੈਕ ਲੈ ਕੇ ਚੜ ਕੇ ਆ ਗਏ ਤੁਹਾਡੇ ਤੇ ਉਹਨਾਂ ਨੇ ਚਾਰ ਮੁਲਕਾਂ ਦੀ ਫੌਜ ਨੇ ਤਿੰਨ ਮੁਲਕਾਂ ਦੀ ਫੌਜ ਨੇ ਜਿਹਦੇ ਚ ਰਸ਼ੀਆ ਜਿਹਦੇ ਚ ਯੂਕੇ ਯੂਨਾਈਟਿਡ ਕਿੰਗਡਮ ਤੇ ਜਿਹਦੇ ਚ ਹਿੰਦੁਸਤਾਨ ਦੀ ਫੌਜ ਨੇ ਆ ਕੇ ਤੁਹਾਡੇ ਤੇ ਹਮਲਾ ਕੀਤਾ ਸੋ ਤੁਸੀਂ ਇਹ ਦੇਖੋ ਉਸ ਵੇਲੇ ਆਰਮੀ 에어ਫੋਰਸ इवन ਨੇਵਲ ਜਿਹੜੇ ਕਮਾਂਡੋਸ ਸੀ ਉਹ ਭੇਜੇ ਗਏ ਇਥੇ ਉਹ ਕਿਉਂ ਸਾਨੂੰ ਦਬਾਉਣ ਵਾਸਤੇ ਭੇਜੇ ਗਏ ਕੋਈ ਦੇਸ਼ ਦੀ ਏਕਤਾ ਤੇ ਅਖੰਡਤਾ ਤੇ ਆ ਕੇ ਹਮਲਾ ਨਹੀਂ ਹੋਇਆ ਸੀ ਗੱਲ ਕਿੱਥੋਂ ਸ਼ੁਰੂ ਹੋਈ ਸੀ ਗੱਲ ਸ਼ੁਰੂ ਹੋਈ ਸੀ ਖੁਦਮਖਤਿਆਰੀ ਤੋਂ ਬਣਾ ਕੇ ਦਿੱਤੀ ਗਈ ਦੇਸ਼ ਦੀ ਏਕਤਾ ਤੇ ਅਖੰਡਤਾ ਹੁਣ ਮਾਨਸਾ ਪੰਥ ਦੀ ਗੱਲ ਕਰਦੇ ਆ ਪ੍ਰੋਬਲਮ ਹੀ ਇਹ ਆ ਵੀ ਸਾਡੇ ਕੋਲੇ ਇਹ ਚੀਜ਼ਾਂ ਹੈਂਡ ਇਨ ਹੈਂਡ ਚੱਲਣਗੀਆਂ ਸਾਨੂੰ ਕੌਮ ਦੀ ਉਹ ਸਾਰੀ ਵੀ ਨਾਲ ਨਾਲ ਜਾਰੀ ਰੱਖਣੀ ਪਹੂਗੀ ਤੇ ਨਾਲ ਨਾਲ ਆਪਦੀ ਸੋਵਰਨਿਟੀ ਦੀ ਗੱਲ ਵੀ ਕਰਨੀ ਪਹੂਗੀ ਤੁਸੀਂ ਕਹਿੰਦੇ ਹੋ ਵਿਕਾਸ ਦੀ ਗੱਲ ਨਹੀਂ ਕਰਦੇ 70 75 ਸਾਲਾਂ ਚ ਵਿਕਾਸ ਹੋ ਗਿਆ ਤੁਸੀਂ ਵੈਸਟ ਚ ਜਾ ਕੇ ਦੇਖ ਲਓ ਉਹ ਅੱਜ ਤੱਕ ਗਲੀਆਂ ਨਾਲੀਆਂ ਤੇ ਜੂਝੀ ਜਾਂਦੇ ਆ ਪਰ ਸਾਰਾ ਸਾਊਥ ਏਸ਼ੀਆ ਗਲੀਆਂ ਨਾਲੀਆਂ ਤੇ ਫਿਰਦਾ ਜਦੋਂ ਇਹ ਡਵੈਲਪਮੈਂਟ ਹੋਈ ਇਹ ਕੱਲੀ ਇਹ ਨਹੀਂ ਵੀ ਪੰਜਾਬ ਚ ਹੋ ਜੂਗੀ ਜਾਂ ਇੰਡੀਆ ਚ ਹੋ ਜੂਗੀ ਜਿਵੇਂ ਸਾਊਥ ਏਸ਼ੀਆ ਚ ਡਵੈਲਪਮੈਂਟ ਹੋਊਗੀ ਉਸੇ ਤਰ੍ਹਾਂ ਇੱਥੇ ਡਵੈਲਪਮੈਂਟ ਆਊਗੀ ਸੋ ਤੁਸੀਂ ਪੂਰੇ ਇੱਕ ਜੀਓਪੋਲਿਟিক্যাল ਜਿਹੜੇ ਰੀਜ਼ਨਸ ਆ ਉਹਨੂੰ ਆਪਾਂ ਸਮਝਦੇ ਨਹੀਂ ਆ ਕਹਿੰਦੇ ਮਨਾਂ ਚ ਤਾਂ ਸਟਰਕਚਰ ਬਣਾਇਆ ਹੋਇਆ ਹੈ ਨਾ ਲੀਡਰਾਂ ਨੇ ਵੀ ਆ ਚੀਜ਼ਾਂ ਕਹਿ ਕੇ ਹੀ ਲੋਕਾਂ ਦੀਆਂ ਵੋਟਾਂ ਲਈਆਂ ਜਾ ਸਕਦੀਆਂ ਹਾਂਜੀ ਦੇਖੋ ਗੱਲ ਉਹ ਆ ਨਾ ਵੀ ਸਾਨੂੰ ਗਲੀਆਂ ਨਾਲੀਆਂ ਦੀ ਪੋਲਿਟਿਕਸ ਤੇ ਲੈ ਆਉਂਦੇ ਆ ਸਾਡੇ ਮਸਲੇ ਪਛਾਣਦੇ ਆ ਸਾਡੇ ਮਸਲੇ ਸਾਡੀ ਹੋਂਦ ਦੇ ਆ ਸਾਡੇ ਮਸਲੇ ਸਾਡੇ ਨਿਆਂ ਦੇ ਆ ਸਾਡੇ ਤੇ ਇਹ ਨਿਆ ਹੁੰਦਾ ਮੈਂ ਇੱਕ ਸਵਾਲ ਲੋਕਾਂ ਤੋਂ ਇਹ ਲੋਕ ਇਹ ਇਹ ਗੱਲਾਂ ਕਿਹੜੇ ਲੋਕਾਂ ਨੂੰ ਤੁਸੀਂ ਸਮਝਾ ਰਹੇ ਹੋ ਜਿਹੜੇ ਅੱਜ 1984 ਦੀ ਗੱਲ ਕਰਦੇ ਨੇ ਵੀ ਦਰਬਾਰ ਸਾਹਿਬ ਨੂੰ ਜੀ ਟਰਾਤਾ ਤੇ ਜਦੋਂ ਪਹਿਲੀ ਵਾਰ ਸਰਕਾਰ 84 ਦੇ ਹਮਲੇ ਤੋਂ ਬਾਅਦ ਬਣਦੀ ਹੈ ਫਿਰ ਕਾਂਗਰਸ ਦੀ ਬਣਦੀ ਹੈ ਜੀ ਉਹਨਾਂ ਲੋਕਾਂ ਨੂੰ ਸਮਝਾਉਂਦੇ ਹੋ ਦੇਖੋ ਉਹ ਇਸ ਕਰਕੇ ਕਿਉਂਕਿ ਜਿਹੜੇ ਸਿਸਟਮ 'ਚ ਆਪਾਂ ਜਿਉ ਰਹੇ ਹਾਂ ਨਾ ਭਾਈ ਉਹ ਮੈਜੋਰਿਟੇਰੀਅਨ ਸਿਸਟਮ ਆ ਇੱਥੇ ਮੈਜੋਰਿਟੀ ਹੀ ਡਿਸਾਈਡ ਕਰਦੀ ਆ ਕਿਹਦੀ ਹਕੂਮਤ ਆਉਣੀ ਆ ਤੇ ਇਹ ਸਾਡੇ ਕੋਲੇ ਤਾਂ 2% ਤੋਂ ਵੀ ਘੱਟ ਗਿਣਤੀ ਆ ਆਪਦੀ ਸੋ ਇਹ ਸਾਡੀ ਗਲਤੀ ਨਹੀਂ ਆ ਜਦੋਂ ਮੈਜੋਰਿਟੀ ਸਾ ਸਾਡਾ ਕਤਲਿਆਮ ਕਰਦੀ ਆ ਇਹ ਜਾਣ ਕੇ ਕਹਿ ਕੇ ਵੀ ਪੰਜਾਬ ਚ ਲਾਅ ਐਂਡ ਆਰਡਰ ਖਰਾਬ ਆ ਹਾਲਾਂਕਿ ਲਾਅ ਐਂਡ ਆਰਡਰ ਸਾਰੇ ਦੇਸ਼ ਤੋਂ ਚੰਗਾ ਤੇ ਆ ਜਿਹੜੇ ਕਾਮਰੇਡ ਆ ਇਹ ਮਾਊਥਪੀਸ ਬਣਦੇ ਆ ਸਰਕਾਰ ਦੇ ਜਾਣ ਕੇ ਸਾਨੂੰ ਬਦਨਾਮ ਕਰਨ ਵਾਸਤੇ ਕਿਉਂਕਿ ਜਦੋਂ ਵਾਇਲੈਂਸ ਸਾਡੇ ਤੇ ਹੋਊਗੀ ਉਸ ਵਾਇਲੈਂਸ ਨੂੰ ਜਸਟੀਫਾਈ ਕੀਤਾ ਜਾਊਗਾ ਫਿਰ ਸੋ ਮੈਜੋਰਿਟੀ ਜਿਹੜੀ ਵੀ ਸਰਕਾਰ ਸਾਡੇ ਤੇ ਜ਼ੁਲਮ ਕਰਦੀ ਆ ਉਹਨੂੰ ਫਿਰ ਰਿਵਾਰਡ ਦਿੰਦੀ ਆ ਉਹਨਾਂ ਦੀ ਥੰਪਿੰਗ ਮੈਜੋਰਿਟੀ ਨਾਲ ਜਿਹੜੀ ਗਵਰਨਮੈਂਟ ਵਾਪਸ ਆਉਂਦੀ ਆ ਜਿਵੇਂ ਕਾਂਗਰਸ ਦੀ ਆਈ ਸੀ ਨਵੰਬਰ 84 ਜੈਨੋਸਾਈਡ ਤੋਂ ਬਾਅਦ ਸਿੱਖਾਂ ਦੀ ਜੋ ਜੈਨੋਸਾਈਡ ਹੋਈ ਸੀ ਸੋ ਏਸੇ ਤਰ੍ਹਾਂ ਮੇਜੋਰਿਟੇਰੀਅਨ ਸਿਸਟਮ 'ਚ ਰਹਿ ਰਹੇ ਆ ਆਪਾਂ ਸੈਂਟਰਲਾਈਜ਼ੇਸ਼ਨ ਆਫ ਪਾਵਰ ਆ ਪਾਵਰ ਇੰਨੀ ਕਿ ਸੈਂਟਰਲਾਈਜ਼ਡ ਆ ਵੀ ਜਿਹੜੀ ਆ ਫੌਜਦਾਰੀ ਲਈ ਲੜੀ ਜਾਂਦੇ ਆ ਪੰਜਾਬ ਦੀ ਫੌਜਦਾਰੀ ਲਈ ਉਹ ਲੰਗੜੀ ਫੌਜਦਾਰੀ ਆ ਉਸ ਫੌਜਦਾਰੀ ਕੋਲੇ ਤਾਂ ਕੋਈ ਪਾਵਰ ਹੀ ਨਹੀਂ ਕਿਸਾਨੀ ਸੰਘਰਸ਼ ਨਹੀਂ ਆਪਾਂ ਦੇਖਿਆ ਮਤਾ ਪਾਤਾ ਉਹਨਾਂ ਨੇ ਕਾਨੂੰਨਾਂ ਦੇ ਹੱਕ 'ਚ ਪਰ ਉਹ ਮਤਾ ਇੱਕ ਕਾਗਜ਼ ਦਾ ਟੁਕੜਾ ਬਣ ਕੇ ਰਹਿ ਗਿਆ ਕਿਉਂਕਿ ਸਾਰੀ ਪਾਵਰ ਤਾਂ ਸੈਂਟਰ ਲਈ ਸੋ ਇਸ ਕਰਕੇ ਤੁਸੀਂ ਇਹ ਗੱਲ ਸਮਝੋ ਵੀ ਸਾਡੇ ਕੋਲੇ ਲਿਮਿਟੇਸ਼ਨ ਕੀ ਆ ਸਾਡੇ ਕੋਲੇ ਲਿਮਿਟੇਸ਼ਨ ਇਹ ਆ ਵੀ ਸਾਡੇ ਕੋਲੇ ਆਪਦਾ ਕੋਈ ਸਟਰਕਚਰ ਨਹੀਂ ਆ ਸਾਡੀ ਪੋਲਿਟਿਕਸ ਚ ਕੋਈ ਜਿਹੜੀ ਪ੍ਰੈਜ਼ੈਂਸ ਆ ਉਹ ਰੈਲੇਵੈਂਟ ਨਹੀਂ ਆ ਕਿਉਂਕਿ ਅਸੀਂ ਮਾਈਨੋਰਿਟੀ ਲੈਵਲ ਤੇ ਐਗਜ਼ਿਸਟ ਕਰਦੇ ਆ ਮੈਜੋਰਿਟੀ ਲੈਵਲ ਤੇ ਜਿਹੜੀ ਕੌਮ ਐਗਜ਼ਿਸਟ ਕਰਦੀ ਆ ਰੈਲੇਵੈਂਸੀ ਉਹਨਾਂ ਦੀ ਐ ਇਸ ਸਿਸਟਮ ਚ ਸੋ ਇਸੇ ਕਰਕੇ ਆਪਾਂ ਖੁਦਮਖਤਿਆਰੀ ਮੰਗੀ ਜਦੋਂ ਖੁਦਮਖਤਿਆਰੀ ਨਹੀਂ ਦਿੱਤੀ ਕਿਉਂ ਨਹੀਂ ਦਿੱਤੀ ਕਿਉਂਕਿ ਉਹਨਾਂ ਨੂੰ ਪਤਾ ਜੇ ਇਹਨਾਂ ਨੂੰ ਖੁਦਮਖਤਿਆਰੀ ਦੇਤੀ ਤੇ ਫਿਰ ਇਹਨਾਂ ਨੇ ਜੋ ਆ ਸਾਰਾ ਮਾਹੌਲ ਸਿਰਜਦਾ ਇੱਥੇ ਜਿਵੇਂ ਸਾਨੂੰ ਗੁਲਾਮ ਬਣਾਈ ਜਾਂਦੇ ਆ ਜਿਵੇਂ ਸਾਡੇ ਪਾਣੀ ਲੁੱਟੇ ਜਾਂਦੇ ਆ ਸਾਡੇ ਹਿਊਮਨ ਰਿਸੋਰਸਸ ਨੂੰ ਲੁੱਟੇ ਜਾਂਦੇ ਆ ਸਾਡੇ ਐਸੈਟਸ ਨੂੰ ਲੁੱਟੇ ਜਾਂਦੇ ਆ ਇਹ ਸਭ ਕੁਝ ਬੰਦ ਹੋ ਜੂ ਪੰਜਾਬ ਤਾਂ ਕਿਸੇ ਹੋਰ ਲੈਵਲ ਤੇ ਤਰੱਕੀ ਕਰ ਜੂਗਾ ਆਮ ਆਦਮੀ ਪਾਰਟੀ ਤਾਂ ਦਾਅਵਾ ਕਰ ਰਹੀ ਹੈ ਵੀ ਪੰਜਾਬ ਨੂੰ ਪੰਜਾਬ ਬਣਾ ਕੇ ਦਿਖਾਵਾਂਗੇ ਜਿਹੜਾ ਦਰਜੇ ਵੀ ਉਤਾਰਾਂਗੇ এডਿਕੇਸ਼ਨ ਦੀ ਵੀ ਗੱਲ ਕਰਦੇ ਆ ਖੁਦਮੁਖਤਿਆਰੀ ਵਗੈਰਾ ਸਾਰੀ ਗੱਲ ਕਰਦੇ ਆ ਅੱਜ ਤੱਕ ਉਹਨਾਂ ਨੇ ਕਦੇ ਖੁਦਮੁਖਤਿਆਰੀ ਦੀ ਗੱਲ ਨਹੀਂ ਕੀਤੀ ਜਦੋਂ ਉਹ ਕਹਿੰਦੇ ਐਜੂਕੇਸ਼ਨ ਦੇਵਾਂਗੇ ਐਜੂਕੇਸ਼ਨ ਦੇਣੀ ਲਾਜ਼ਮੀ ਨਹੀਂ ਆ ਉਹਦੇ ਚ ਤੁਸੀਂ ਕੰਟੈਂਟ ਕੀ ਆ ਪੜਾਇਆ ਕੀ ਜਾ ਰਿਹਾ ਹੋ ਲਾਜ਼ਮਾ ਦਿੱਲੀ ਤੋਂ ਅਰਵਿੰਦ ਕੇਜਲਵਾਲ ਨੇ ਕਹਿੰਦੇ ਵੀ ਦਿੱਲੀ ਤੋਂ ਨਹੀਂ ਕੋਈ ਆਰਡਰ ਚੱਲੂਗਾ ਭਗਵਾਨਤਮਾਨ ਹੀ ਚਲਾਊਗਾ ਸਰਕਾਰ ਭਾਈ ਜੀ ਮੈਨੂੰ ਇੱਕ ਗੱਲ ਦੱਸੋ ਦਿੱਲੀ ਤੋਂ ਆਰਡਰ ਨਹੀਂ ਚੱਲੂਗਾ ਭਗਵਾਨਤਮਾਨ ਸਰਕਾਰ ਚਲਾਊਗਾ ਭਗਵਾਨਤਮਾਨ ਕੋਲੇ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਕਾਨੂੰਨ ਦੇ ਹਿਸਾਬ ਨਾਲ ਪਾਵਰ ਤਾਂ ਹੋਵੇ ਜੇ ਤੁਸੀਂ ਖੇਤੀ ਕਾਨੂੰਨ ਖੇਤੀ ਸੀ ਜਿਹੜਾ ਐਗਰੀਕਲਚਰ ਸਟੇਟ ਸਬਜੈਕਟ ਸੀ ਉਹਨੂੰ ਵੀ ਸੈਂਟਰ ਆਪ ਉਹ ਅਧਿਕਾਰ ਨੂੰ ਲੁੱਟ ਕੇ ਲੈ ਗਿਆ ਤੇ ਖੇਤੀ ਤੇ ਕਾਨੂੰਨ ਸੈਂਟਰ ਬਣਾ ਰਿਹਾ ਫਿਰ ਭਗਵਾਨਤਮਾਨ ਕੀ ਕਰ ਲੂਗਾ ਇਹਦਾ ਮਤਲਬ ਭਗਵਾਨਤਮਾਨ ਤਾਂ ਇੱਕ ਮੋਰਾ ਹੋਊਗਾ ਇਹ ਜਿਹੜਾ ਸਾਨੂੰ ਛਲਾਵਾ ਦਿੱਤਾ ਜਾ ਰਿਹਾ ਆਰਡਰ ਦਿੱਲੀ ਤੋਂ ਹੀ ਚੱਲਣਗੇ ਕਿਉਂਕਿ ਪਾਵਰ ਸਾਰੀ ਇੰਡੀਅਨ ਕਨਸਟੀਟਿਊਸ਼ਨ ਇਹ ਕਹਿੰਦੀ ਆ ਵੀ ਸਾਰੀ ਪਾਵਰ ਹੈ ਜਿਹੜੀ ਉਹ 73 ਵਾਰ ਉਹਦੇ ਵਿੱਚ ਸੋਧਾਂ ਕਰਕੇ ਕਨਸਟੀਟਿਊਸ਼ਨ 'ਚ ਪਾਵਰ ਨੂੰ ਸੈਂਟਰਲਾਈਜ਼ ਕਰ ਲਿਆ ਸਟੇਟ ਕੋਲੇ ਕੋਈ ਪਾਵਰ ਹੀ ਨਹੀਂ ਰਹਿਣ ਦਿੱਤੀ ਸੋ ਜਦੋਂ ਆਪਾਂ ਖੁਦਮਖਤਿਆਰੀ ਮੰਗਦੇ ਆਂ ਆਪਾਂ ਇਹ ਨਹੀਂ ਕਹਿੰਦੇ ਵੀ ਕੱਲੀ ਖੁਦਮਖਤਿਆਰੀ ਸਾਨੂੰ ਹੀ ਦਿਓ ਖੁਦਮਖਤਿਆਰੀ ਸਾਰੇ ਸਟੇਟਾਂ ਨੂੰ ਦਿਓ ਸਾਰੇ ਸਟੇਟਾਂ ਕੋਲੇ ਹੱਕ ਆ ਨਾ ਆਪਦੇ ਹਿਸਾਬ ਨਾਲ ਆਪਦੀ ਹੋਣੀ ਘੜਨ ਦਾ ਅਧਿਕਾਰ ਆ ਸਾਡੇ ਕੋਲੇ ਆਪਦਾ ਖੇਤੀਬਾੜੀ ਮਾਡਲ ਹੀ ਨਹੀਂ ਆ ਅਸੀਂ ਪਿਛਲੇ 1960 ਤੋਂ ਅਸੀਂ ਬਗਾਨੇ ਖੇਤੀਬਾੜੀ ਮਾਡਲ ਤੇ ਖੇਤੀ ਕਰ ਰਹੇ ਹਾਂ ਤੇ ਸਾਨੂੰ ਦਿੱਤਾ ਕੀ ਆ ਉਸ ਖੇਤੀਬਾੜੀ ਮਾਡਲ ਨੇ ਸਾਨੂੰ ਕਰਜੇ ਤੇ ਖੁਦਕੁਸ਼ੀਆਂ ਕਿਸਾਨੀ ਸੰਘਰਸ਼ ਤੋਂ ਬਾਅਦ ਵੀ ਸਾਡੇ ਕੋਲੇ ਆਵਦਾ ਖੇਤੀਬਾੜੀ ਮਾਡਲ ਨਹੀਂ ਇਹ ਅਸਲ ਮੁੱਦੇ ਆ ਬਾਈ ਪਰ ਅੱਜ ਗੱਲ ਹੁੰਦੀ ਹੈ ਆਟਾ ਇੰਨੇ ਕਿਲੋ ਲੈ ਲਿਓ ਆ 1000 ਰੁਪਏ ਦੇ ਦਾਂਗੇ 2000 ਲੋਕਾਂ ਨੂੰ ਤਾਂ ਮੈਂ ਕਹਿੰਦਾ ਵੈਸੇ ਨਹੀਂ ਪਤਾ ਹੋਣਾ ਬਈ ਸਾਡੇ ਮੁੱਦੇ ਅਸਲ ਦੇ ਵਿੱਚ ਜੇ 18 ਮਤੇ ਪੜ ਲਏ ਜਾਣ ਤਾਂ ਉਹ ਵੀ ਅਸਲ ਮੁੱਦਾ ਹੀ ਆਪਾਂ ਦੇਖੀ ਤਾਂ ਹੋਣ ਦੀ ਗੱਲ ਹੈ ਜੀ ਬਿਲਕੁਲ ਬਾਈ ਗੱਲ ਆਈ ਹੈ ਨਾ ਜੀ ਜਿਵੇਂ ਹੁਣ ਤੁਸੀਂ ਕੇਜਰੀਵਾਲ ਸਾਬ ਦੀ ਗੱਲ ਕੀਤੀ ਆ ਕੇਜਰੀਵਾਲ ਪੰਜਾਬ ਚ ਕੁਝ ਹੋਰ ਵਾਦੇ ਕਰਕੇ ਜਾਂਦਾ ਇੱਥੇ ਉਹਦੇ ਇੰਟਰਸਟ ਕੁਝ ਹੋਰ ਆ ਇੱਥੋਂ 200 300 ਕਿਲੋਮੀਟਰ ਦਿੱਲੀ ਜਾਊਗਾ ਉਹਦੇ ਇੰਟਰਸਟ ਬਦਲ ਜਾਂਦੇ ਆ ਇੱਕ ਸਵਾਲ ਕੇਜਰੀਵਾਲ ਨੂੰ ਆਪਾਂ ਪੁੱਛਦੇ ਆ ਤੁਸੀਂ ਕਹਿੰਦੇ ਹੋ ਪੰਜਾਬ ਨੂੰ ਪੰਜਾਬ ਬਣਾਵਾਂਗੇ ਪੰਜਾਬ ਦੇ ਹੱਕ ਦੇਵਾਂਗੇ ਫਿਰ ਜਿਹੜਾ ਅਸੀਂ ਦਿੱਲੀ ਨੂੰ ਪਾਣੀ ਦਿੰਨੇ ਆ ਉਹਦਾ ਮੁੱਲ ਦੇ ਦਿਓ ਸਾਨੂੰ 1000 ਰੁਪਏ ਨਾ ਦਿਓ ਤੁਸੀਂ ਤੁਸੀਂ ਪੰਜਾਬ ਨੂੰ ਪੰਜਾਬ ਦੇ ਪਾਣੀਆਂ ਦਾ ਮੁੱਲ ਦੇ ਦਿਓ ਅਸੀਂ ਕਹਾਂਗੇ ਤੁਸੀਂ ਹੱਕ ਦੇ ਰਹੇ ਹੋ ਪਰ ਇਹ ਗੱਲ ਇਹ ਵਾਦਾ ਕਦੇ ਨਹੀਂ ਕਰਨਗੇ ਜਦੋਂ ਪ੍ਰੋਫੈਸਰ ਪ੍ਰੋਫੈਸਰ ਭੁੱਲਰ ਦੀ ਰਿਹਾਈ ਵਾਲੇ ਆਪਾਂ ਗੱਲ ਕੀਤੀ ਉਹਦੇ ਕਿਵੇਂ ਉਹਨਾਂ ਨੇ ਗੋਲਮੋਲ ਕਰਤੀ ਕਿਵੇਂ ਟਾਲਮਟੋਲ ਕੀਤੀ ਇਹ ਵਾਦਾ ਕਦੇ ਨਹੀਂ ਕਰਨਗੇ ਇਹ ਕਹਿਣਗੇ ਵੀ এমਪਲੋਇਮੈਂਟ ਦੇਵਾਂਗੇ এমਪਲੋਇਮੈਂਟ ਕਿਵੇਂ ਦੇਵਾਂਗੇ ਕੋਈ ਬਲੂਪ੍ਰਿੰਟ ਹੈਗਾ ਕੋਈ ਬਲੂਪ੍ਰਿੰਟ ਨਹੀਂ ਆ ਫਿਰ ਵੱਡੇ ਵੱਡੇ ਆਰਟੀਕਲ ਕਾਮਰੇਡ ਲਿਖਣਗੇ ਅਖਬਾਰਾਂ 'ਚ ਵੀ ਪੰਜਾਬ 'ਚ ਮੈਕਸਿਮਮ ਗਨ ਪੋゼਸ਼ਨ ਹੈ ਮੈਕਸਿਮਮ ਗਨ ਪੋゼਸ਼ਨ ਤਾਂ ਹੋ ਸਕਦਾ ਪਰ ਮਿਨੀਮਮ ਗਨ ਕਰਾਈਮ ਆ ਪੰਜਾਬ 'ਚ ਨੈਸ਼ਨਲ ਕਰਾਈਮ ਬਿਊਰੋ ਦਾ ਜਿਹੜਾ ਸਾਰਾ ਉਹਨਾਂ ਦਾ ਸਰਵੇ ਆ ਉਹ ਇਹ ਕਹਿੰਦਾ ਹੁਣ ਤੁਸੀਂ ਇਹ ਦੱਸੋ ਕੇਜਰੀਵਾਲ ਸ਼ਾਂਤੀ ਮਾਰਚ ਪੰਜਾਬ 'ਚ ਆ ਕੇ ਕਰਦਾ ਤੇ ਸਾਡੀਆਂ 3ਆਂ ਭੈਣਾਂ ਦੀ ਪੇਪਤੀ ਦਿੱਲੀ 'ਚ ਹੋ ਰਹੀ ਆ ਦਿੱਲੀ 'ਚ ਕਿਉਂ ਨਹੀਂ ਸ਼ਾਂਤੀ ਮਾਰਚ ਕੱਢਦੇ ਸਾਨੂੰ ਕੀ ਸ਼ਾਂਤੀ ਮਾਰਚ ਦੀ ਲੋੜ ਪਈ ਆ ਸਾਡੇ ਕੋਲੇ ਤਾਂ ਨੈਸ਼ਨਲ ਕਰਾਈਮ ਬਿਊਰੋ ਦਾ ਡਾਟਾ ਇਹ ਕਹਿੰਦਾ ਦੈਨ ਮਿਨੀਮਮ ਕਰਾਈਮ ਪੰਜਾਬ ਚ ਐਗਜ਼ਿਸਟ ਕਰਦਾ ਫਿਰ ਸਾਨੂੰ ਸ਼ਾਂਤੀ ਮਾਰਚ ਦੀ ਕੀ ਜ਼ਰੂਰਤ ਆ 8-10 ਸਾਲਾਂ ਦੇ ਵਿੱਚ ਕੇਜਰੀਵਾਲ ਲੋਕਾਂ ਦਾ ਵਿਸ਼ਵਾਸ ਜਿੱਤ ਰਿਹਾ ਜੇ ਲੋਕ ਹਰ ਕਹਿ ਰਹੇ ਆ ਵੀ ਝਾੜ ਨੂੰ ਵੋਟ ਪਾਵਾਂਗੇ ਬਦਲਾ ਕਰਾਂਗੇ ਤੇ ਫਿਰ 40 ਸਾਲਾਂ ਵਾਲੇ ਬਜ਼ੁਰਗੋ ਸਾਹਿਬ ਕਿਉਂ ਨਹੀਂ ਕਰ ਸਕੇ ਮਾਨ ਸਾਹਿਬ ਅਜਿਹਾ ਕੀ ਹੋਇਆ ਵੀ ਸਾਡੀ ਕੌਮ ਨੂੰ ਹੀ ਕਲਾ ਵਿੱਚ ਜਾ ਉਹਨਾਂ ਨੂੰ ਵਿਸ਼ਵਾਸ ਨਹੀਂ ਜਿੱਤ ਸਕੇ ਅੱਜ ਜਥੇਬੰਦੀਆਂ ਵੀ ਕਹਿ ਰਹੀਆਂ ਜੀ ਅੱਜ ਸੰਤ ਸਮਾਜ ਕਹਿ ਰਿਹਾ ਵੀ ਅੱਜ ਅਸੀਂ ਅਕਾਲੀ ਬਸਪਾ ਨੂੰ ਜਿਹੜੇ ਹੈਗੇ ਆ ਸਪੋਰਟ ਕਰਾਂਗੇ ਤੇ ਮਾਨ ਸਾਹਿਬ ਨੂੰ ਕਿਉਂ ਨਹੀਂ ਬਾਈ ਇਹ ਜਿਹੜਾ ਸਿਸਟਮ ਆ ਨਾ ਇਹ ਵੋਟ ਪੋਲਿਟਿਕਸ ਦਾ ਇਹਨੂੰ ਸਮਝੋ ਜ ਤੇ ਇਹ ਸਟੇਟ ਦਾ ਸਿਸਟਮ ਆ ਸਟੇਟ ਰਨ ਕਰਦਾ ਇਹ ਜਦੋਂ ਮੈਜੋਰਿਟੀਰੀਅਨ ਸਿਸਟਮ ਹੋਇਆ ਤਾਂ ਉਹਨੂੰ ਕੌਣ ਰਨ ਕਰੂਗਾ ਮੈਜੋਰਿਟੀ ਮਾਨ ਸਾਹਿਬ ਕਿ ਇਹਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਮਾਈਨੋਰਿਟੀ ਨੂੰ ਤੇ ਮਾਈਨੋਰਿਟੀ ਦੀ ਕੌਮਿਅਤ ਨੂੰ ਇਹ ਹੁਜੇ ਲੀਡਰ ਨੂੰ ਕਦੇ ਨਹੀਂ ਚਮਕਾਉਣਗੇ ਪਰ ਮਾਨ ਸਾਹਿਬ ਨੂੰ ਇਹ ਵੀ ਵਿਸ਼ਵਾਸ ਦਿਵਾਉਣਾ ਚਾਹੀਦਾ ਵੀ ਜਿਹੜੀ ਮੈਜੋਰਟੀ ਹੈ ਜਾਂ ਕੁਝ ਹੋਰ ਧਰਮ ਦੇ ਲੋਕ ਨੇ ਮੈਜੋਰਟੀ ਦੇ ਵਿੱਚ ਵੀ ਉਹਨਾਂ ਨੂੰ ਵੀ ਅਸੀਂ ਕਿਹੜਾ ਕੋਈ ਨੁਕਸਾਨ ਪਹੁੰਚਾਉਣਾ ਇਹ ਵੀ ਇਹ ਵੀ ਵਿਸ਼ਵਾਸ ਇਹ ਉਹ ਵੀ ਨਾਲ ਆਉਣਗੇ ਮਾਨ ਸਾਹਿਬ ਅੱਜ ਕਹਿ ਕੇ ਭਾਈ ਪਰ ਉਹ ਵੀ ਤਾਂ ਮਾਈਨੋਰਟੀ ਦੇ ਲੈਵਲ ਤੇ ਹੀ ਐਗਜ਼ਿਸਟ ਕਰਦੇ ਆ ਨਾ ਪੰਜਾਬ 'ਚ ਪੰਜਾਬ 'ਚ ਤੁਸੀਂ ਇਹ ਦੇਖੋ ਵੀ ਜਿਹੜੇ ਇੱਥੇ ਸਿੱਖਾਂ ਦੀ ਗਿਣਤੀ ਆ ਉਹ ਹੈਗੀ ਆ 50 ਦੇ ਆਸ-ਪਾਸ ਪਰਸੈਂਟ 35-40 ਪਰਸੈਂਟ ਸਾਡੇ ਹਿੰਦੂਆਂ ਦੀ ਗਿਣਤੀ ਆ ਤੇ ਸਿੱਖਾਂ 'ਚ ਆਪਸ 'ਚ ਵੀ ਬਹੁਤ ਵੰਡੀਆਂ ਕਾ ਹਣਾ ਬਾਕੀ ਕੁਝ ਜੈਨੀ ਆ ਕੁਝ ਸਾਡੇ ਇਸਾਈ ਭਾਈਚਾਰੇ ਦੇ ਲੋਕ ਆ ਮੁਸਲਮ ਭਾਈਚਾਰੇ ਦੇ ਲੋਕ ਆ ਸੋ ਜਿਹੜੀ ਇੱਕ ਮਾਈਨੋਰਿਟੀ ਐਗਜ਼ਿਸਟੈਂਸ ਆ ਬਹੁਤ ਥੋੜੀ ਆ ਤੇ ਉਹਨਾਂ ਦੀ ਆਪਦੀ ਆਪਦੀ ਇੱਕ ਲੀਡਰਸ਼ਿਪ ਆ ਫਿਰ ਸੋ ਮਾਈਨੋਰਿਟੀ ਦੀ ਗੱਲ ਕਰਦੇ ਮਾਨ ਸਾਹਿਬ ਭਾਈ ਇੱਕ 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 ਸਵਾਲ ਲੋਕ ਕਰ ਰਹੇ ਨੇ ਉਹ ਕਹਿੰਦੇ ਸੁਖਪਾਲ ਖਹਿਰਾ ਜਦੋਂ ਯੂਆਪਾ ਲੱਗਿਆ ਸੁਖਪਾਲ ਖਹਿਰਾ ਤਾਂ ਦਿਸੇ ਪਰ ਮਾਨ ਸਾਹਿਬ ਦੀ ਸਾਨੂੰ ਕੋਈ ਵੀਡੀਓ ਨਹੀਂ ਦਿਸਿਆ ਭਈ ਅੱਜ ਜੀ ਵੀ ਮੇਜਰ ਤੌਰ ਤੇ ਇਹਨਾਂ ਨੇ ਕਿਹਾ ਹੋਵੇ ਜਾਂ ਦਬਕਾਇਆ ਹੋਵੇ ਪ੍ਰਸ਼ਾਸਨ ਨੂੰ ਵੀ ਇਹ ਕੰਮ ਨਹੀਂ ਕਰਨਾ ਨੌਜਵਾਨਾਂ ਤੇ ਗਰੀਬਾਂ ਦੇ ਮੈਂ ਉਹੀ ਕਹਿਣਾ ਥੋੜਾ ਜਰਨਲ ਕੰਮ ਕਰਦਾ ਰਿਹਾ ਤੇ ਤੁਹਾਨੂੰ ਪਤਾ ਨਹੀਂ ਲੱਗਣ ਦਿੱਤਾ ਪ੍ਰੋਬਲਮ ਹੀ ਇਹ ਆ ਜਿਵੇਂ ਮੈਂ ਕਿਹਾ ਨਾ ਅੱਜ ਦੇਖ ਲਓ ਅੱਜ ਜਿੱਥੇ ਆਪ ਦੀ ਕੋਈ ਰੈਲੀ ਹੁੰਦੀ ਆ ਸਾਰਾ ਮੀਡੀਆ ਪਹੁੰਚ ਜਾਂਦਾ ਜਿੱਥੇ ਕਾਂਗਰਸ ਦੀ ਰੈਲੀ ਹੁੰਦੀ ਆ ਸਾਰਾ ਮੀਡੀਆ ਪਹੁੰਚ ਜਾਂਦਾ ਜਿੱਥੇ ਕੋਈ ਇਵਨ ਭਾਜਪੀ ਆਲੇ ਦੀ ਰੈਲੀ ਹੁੰਦੀ ਆ ਸਾਰਾ মিডিਆ ਉੱਥੇ ਕਿਵੇਂ ਖਬਰਾਂ ਨੂੰ ਛਾਲ ਛਾਲ ਕੇ ਦਿਖਾਇਆ ਜਾਂਦਾ ਕੱਲ ਹੀ ਮੈਂ ਇੱਕ ਸਟੇਜ ਤੋਂ ਲੈਟਰ ਪੜ੍ਹ ਰਿਹਾ ਸੀ ਅੰਬਾਲੇ 'ਚ ਕਸ਼ਮੀਰੀ ਸਟੂਡੈਂਟਸ ਤੇ ਜ਼ੁਲਮ ਹੋਇਆ ਇੱਕ ਮੌਬ ਨੇ ਉਹਨਾਂ ਤੇ ਜਾ ਕੇ ਹਮਲਾ ਕੀਤਾ ਮਾਨ ਸਾਹਿਬ ਨੇ ਚਿੱਠੀ ਲਿਖੀ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਮਾਨ ਸਾਹਿਬ ਨੇ ਚਿੱਠੀ ਲਿਖੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਸਾਰੇ ਜਿਹੜੇ ਆਮੀ ਦੇ ਜਨਰਲਸ ਨੂੰ ਬੀਅ ਸਿਵਲ ਅਲਰਟ ਅਨ ਆਨౌన్స్ ਕਰੋ ਤੁਸੀਂ ਇਥੇ ਘਟਕਿੰਤਿਆਂ ਨਾਲ ਕੋਈ ਧੱਕਾ ਨਹੀਂ ਹੋ ਸਕਦਾ ਜਦੋਂ ਜਦੋਂ ਕੇਸ ਪਏ ਮਾਨ ਸਾਹਿਬ ਉਹਨਾਂ ਕੇਸਾਂ ਦੇ ਰੋਸ ਵਿੱਚੋਂ ਸਰਕਾਰ ਦੇ ਨਾਲ ਭੇੜੇ ਕਦੇ ਦਿਖਾਇਆ ਗਿਆ ਅੱਗੇ ਹੀ ਨਹੀਂ ਲੈ ਕੇ ਆਉਣਗੇ ਜਦੋਂ ਮਾਨ ਸਾਹਿਬ ਸਾਰੇ ਐਮਬੈਸੇਸ ਐਮਬੈਸੀਸ 'ਚ ਜਾ ਕੇ ਉਹਨਾਂ ਦੇ ਐਮਬੈਸਡਰਸ ਦੇ ਨਾਲ ਬਹਿ ਕੇ ਇਹ ਕਹਿੰਦੇ ਆ ਵੀ ਸਾਡੀ ਕੌਮ ਇੱਕ ਅਡ ਕੌਮ ਆ ਸਾਡੀ ਕੌਮ ਤੇ ਹੋਂਦ ਦਾ ਸਵਾਲ ਆਇਆ ਖੜਾ ਸਾਡੇ ਤੇ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਆ ਕਦੇ ਨਹੀਂ ਦੱਸਣਗੇ ਮਾਨ ਸਾਹਿਬ ਜਿਹੜੀ ਸਪੀਚ ਦਿੱਤੀ ਆ ਜਾ ਕੇ ਪਾਰਲੀਮੈਂਟ 'ਚ ਪਈ ਆ ਤੁਸੀਂ ਉਹ ਸਪੀਚ ਪਾਰਲੀਮੈਂਟ 'ਚ ਦਿੱਤੀ YouTube 'ਤੇ ਪਈ ਆ ਉਹ ਸਪੀਚ ਸੁਣ ਕੇ ਦੇਖਿਓ ਤੁਸੀਂ ਸਰਚ ਕਰ ਲਿਓ ਜੋ ਕੌਮ ਦੇ ਜਜ਼ਬਾਤਾਂ ਦੀ ਤਰਜਮਾਨੀ ਕੀਤੀ ਜੋ ਲਾਫਜ਼ ਵਰਤੇ ਅੱਜ ਤੱਕ ਕਿਸੇ ਆਗੂ ਨੇ ਨਹੀਂ ਵਰਤੇ ਫਿਰ ਵੀ ਮਾਨ ਸਾਹਿਬ ਨੂੰ ਬਦਨਾਮ ਕਿਵੇਂ ਕਰਨਗੇ ਵੀ ਇਹਨੇ ਐਮਪੀ ਬਣ ਕੇ ਕੀ ਕਰ ਲਿਆ ਭਾਈ ਹੁਣ ਤੱਕ ਸਪੀਚਾਂ ਦੇਣ ਵਾਲੇ ਨਹੀਂ ਲੁੱਟਿਆ ਨਾ ਸਾਨੂੰ ਇਸੇ ਕਰਕੇ ਲੋਕ ਸ਼ਾਇਦ ਵਿਸ਼ਵਾਸ ਕਰਨਾ ਛੱਡ ਗਿਆ ਮਾਨ ਸਾਹਿਬ ਚਲੋ ਪ੍ਰੈਕਟੀਕਲ ਦੀ ਗੱਲ ਤੁਸੀਂ ਸਪੀਚ ਦੀ ਗੱਲ ਕੀਤੀ ਆ ਪਰ ਲੋਕ ਕਹਿੰਦੇ ਜੀ ਹੁਣ ਤੱਕ ਕਰਕੇ ਦਿਖਾਉਣਾ ਪੈਣਾ ਕੁਝ ਕਿਉਂਕਿ ਬਰਗਾੜੀ ਤੇ ਵੀ ਮੋਰਚਾ ਲੱਗ ਜਾਂਦਾ ਉੱਥੇ ਵੀ ਬਹੁਤ ਸਪੀਚਾਂ ਹੋਈਆਂ ਬਹੁਤ ਇਕੱਠ ਹੋ ਗਿਆ ਜਦੋਂ ਪੀਕ ਤੇ ਚਲੇ ਗਏ ਉਦੋਂ ਫੇਰ ਸਾਡੇ ਲੀਡਰ ਬਿਕਾਊ ਹੋਗੇ ਵਿਸ਼ਵਾਸ ਨਹੀਂ ਭਾਈ ਅੱਜ ਤਾਂ ਤੁਹਾਡੇ ਤੇ ਨਹੀਂ ਵਿਸ਼ਵਾਸ ਅੱਜ ਤਾਂ ਤੁਹਾਨੂੰ ਵੀ ਕਹਿ ਰਹੇ ਨੇ ਵੀ ਇਹ ਤੇ ਭਾਈ ਹੁਣ ਦੇਖ ਲਓ ਕਮੈਂਟ ਇਹਦੇ ਥੱਲੇ ਬੀਜੇਪੀ ਦਾ ਬੰਦਾ ਤੁਹਾਨੂੰ ਗਦਾਰ ਦੱਸਣਾ ਨਹੀਂ ਨਹੀਂ ਗੱਲ ਪਤਾ ਕੀ ਆ ਇਹ ਵੀ ਸਾਡੀ ਤਰਾਸਤੀ ਹੋਗੀ ਵੀ ਸਾਨੂੰ ਆਪਦੇ ਬੰਦਿਆਂ ਦੀ ਸਮਝ ਉਦੋਂ ਆਉਂਦੀ ਆ ਜਦੋਂ ਬੰਦਾ ਕਹਿ ਦਿੰਦਾ ਵੀ ਯਾਰ ਚਲੋ ਹੁਣ ਬਹੁਤ ਹੋ ਗਿਆ ਹੁਣ ਮੈਂ ਕੀ ਲੈਣਾ ਪਰ ਇੱਕ ਆਗੂ ਚਾਰ ਦਹਾਕਿਆਂ ਤੋਂ ਸਾਡੇ ਨਾਲ ਖੜਾ ਯਾਰ ਜਿਨੇ ਜੇਲ੍ਹਾਂ ਵੀ ਕਟੀਆਂ ਜਿਨੇ ਤਸੀਹੇ ਵੀ ਸਹੇ ਆ ਜਿਹੜਾ ਹਰ ਸੰਘਰਸ਼ ਚੋਂ ਲੰਘਿਆ ਉਹਨੇ ਅੱਜ ਤੱਕ ਨਹੀਂ ਕਿਹਾ ਮੈਂ ਕੀ ਲੈਣਾ ਤੁਸੀਂ ਕਹਿੰਦੇ ਹੋ ਪ੍ਰੈਕਟੀਕਲ ਕਰਕੇ ਦਿਖਾਉਣਾ ਪਊਗਾ ਭਾਈ ਜੀ ਇੱਕ ਹੋਰ ਗੱਲ ਆ ਜਿਹੜੀ ਪੰਥ ਆ ਨਾ ਜਦੋਂ ਸਰਬੱਤ ਖਾਲਸਾ ਹੋਈ ਜਾਂ ਬਰਗਾੜੀ ਦਾ ਮੋਰਚਾ ਲੱਗਿਆ ਪੰਥ ਦੇ ਹੋਰ ਬਹੁਤ ਆਗੂ ਜਿਨ੍ਹਾਂ ਦੀ ਆਪਦੀ ਇੱਕ ਨੁਮਾਇੰਦਗੀ ਸੀ ਉਹ ਵੀ ਉੱਥੇ ਇਕੱਠੇ ਹੋਏ ਹੁਣ ਉੱਥੇ ਤੁਸੀਂ ਜੇ ਡਿਕਟੇਟਰਸ਼ਿਪ ਵਾਲਾ ਮਾਹੌਲ ਚਲਾਉਨੇ ਹੋ ਤਾਂ ਦੂਜੇ ਤੁਹਾਡੀ ਡਿਕਟੇਟਰਸ਼ਿਪ ਚੱਲਦੇ ਆ ਉਹਨਾਂ ਨੂੰ ਤਾਂ ਉਹ ਐਂ ਕਹਿੰਦੇ ਆ ਵੀ ਤੁਸੀਂ ਤਾਂ ਚਾਹੇ ਸਹੀ ਕਿਉਂ ਨਾ ਹੋ ਤੁਸੀਂ ਤੁਹਾਨੂੰ ਡਿਕਟੇਟਰ ਕਹਿਣਗੇ ਜੇ ਤੁਸੀਂ ਮਿਲ ਕੇ ਨਹੀਂ ਚੱਲਦੇ ਤੇ ਤੁਹਾਨੂੰ ਇਹ ਕਹਿਣਗੇ ਵੀ ਯਾਰ ਅਸੀਂ ਨਹੀਂ ਮੰਨਦੇ ਫਿਰ ਪੰਥ 'ਚ ਵਖਰੇਵੇਂ ਕਿੰਨੇ ਆ ਉਹ ਵਖਰੇਵੇਂ ਵੀ ਕਿਉਂ ਪੈਦਾ ਹੋਏ ਆ ਸੇਮ ਪ੍ਰੋਬਲਮ ਸਾਡੇ ਕੋਲ ਕੋਈ ਆਪਦਾ ਸਟਰਕਚਰ ਨਹੀਂ ਆ ਉਹ ਵਖਰੇਵਿਆਂ ਦੀ ਵਜ੍ਹਾ ਨਾਲ ਜਿਹੜੇ ਲੀਡਰ ਉੱਥੇ ਰਿਫਾਰਮ ਕਰਨਾ ਚਾਹੀਦਾ ਸੀ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਨੀ ਚਾਹੀਦੀ ਸੀ ਜਿਹੜੇ ਲੋਕਾਂ ਦੇ ਫੈਸਲੇ ਲੈ ਕੇ ਉਹਨਾਂ ਦੇ ਖਰੇ ਉੱਤਰਨਾ ਚਾਹੀਦਾ ਸੀ ਉਹ ਖਿਸਕ ਕੇ ਉਹਨਾਂ ਫੈਸਲਿਆਂ ਤੋਂ ਤੇ ਉਹ ਡਿਸਕ੍ਰੈਡਿਟ ਹੋਏ ਪਰ ਅੱਜ ਤੱਕ ਮਾਨ ਸਾਹਿਬ ਉਸੇ ਕ੍ਰੈਡੀਬਿਲਟੀ ਨੂੰ ਲੈ ਕੇ ਘੁੰਮ ਰਹੇ ਆ ਆਪਣਾ ਉਹਨਾਂ ਦੇ ਨਾਲ ਆਉਣਾ ਤੇ ਖੜਨਾ ਇਸੇ ਕਰਕੇ ਆ ਕਿਉਂਕਿ ਉਹਨਾਂ ਦੀ ਕ੍ਰੈਡੀਬਿਲਟੀ ਨਹੀਂ ਉਹਨਾਂ ਨੇ ਕਦੇ ਲੂਜ਼ ਕੀਤੀ ਸੰਘਰਸ਼ ਜ਼ਰੂਰ ਕੀਤਾ ਆਪਾਂ ਨਿਰਾਸ਼ ਜ਼ਰੂਰ ਕਰਦੇ ਰਹੇ ਆ ਪਰ ਮਾਨ ਸਾਹਿਬ ਕੋਲੇ ਅੱਜ ਤੱਕ ਕੋਈ ਸਮਝੌਤਾ ਸੁਣਿਆ ਮਾਨ ਸਾਹਿਬ ਦਾ ਕਿਸੇ ਸੈਂਟਰ ਦੀ ਪਾਰਟੀ ਨਾਲ ਹੋਇਆ ਹੋਵੇ ਕੋਈ ਅੱਜ ਤੱਕ ਮਾਨ ਸਾਹਿਬ ਤੇ ਕੋਈ ਕਰਾਪਸ਼ਨ ਦਾ ਇਲਜ਼ਾਮ ਲੱਗ ਗਿਆ ਹੋਵੇ ਕਿਸੇ ਤਰ੍ਹਾਂ ਦਾ ਹੋਰ ਇਲਜ਼ਾਮ ਲੱਗ ਗਿਆ ਹੋਵੇ ਮਾਨ ਸਾਹਿਬ ਤੇ ਮਾਨ ਸਾਹਿਬ ਨੇ ਆਪਦੇ ਆਪ ਨੂੰ ਜਿਵੇਂ ਕੰਡਕਟ ਕੀਤਾ ਜਿਵੇਂ ਮਾਨ ਸਾਹਿਬ ਦੇ ਜੋ ਉਹਨਾਂ ਦਾ ਲੋਕਾਂ ਨੇ ਇਹ ਕਿਹਾ ਵੀ ਮਾਨ ਸਾਹਿਬ ਦੇ ਸਾਈਨ ਬਾਹਰ ਵਿਦੇਸ਼ ਦੇ ਵਿੱਚ ਨੌਜਵਾਨਾਂ ਨੂੰ ਪੱਕੇ ਕਰਨ ਲਈ ਹੁੰਦੇ ਵੀ ਇਹਨਾਂ ਦੀ ਪਾਰਟੀ 30-3000 ਰੁਪਿਆ ਉਦੋਂ ਬਹੁਤ ਦੇਰ ਦੀ ਗੱਲ ਹੈ ਵੀ 30-3000 ਰੁਪਿਆ ਲੈ ਕੇ ਹਰੇਕ ਦੇ ਹੀ ਸਾਈਨ ਕਰਨ ਲੱਗੇ ਵੀ ਇਹ ਉਹਦੇ ਕਰਕੇ ਹੁਣ ਕਹਿੰਦੇ ਅਮਰੀਕਾ ਵਾਲੇ ਵੀ ਵਿਸ਼ਵਾਸ ਨਹੀਂ ਕਰਦੇ ਵੀ ਪਾਰਟੀ ਦਿੱਤੀ ਨਹੀਂ ਭਾਈ ਜੀ ਆਏ ਨਹੀਂ ਆ ਦੇਖੋ ਇੱਕ ਗੱਲ ਇੱਕ ਆਗੂ ਨੇ ਤੁਹਾਡੇ ਲਈ ਸੰਘਰਸ਼ ਕੀਤਾ ਉਹ ਸਾਗੂ ਨੇ ਇੱਕ ਆਰਗੇਨਾਈਜੇਸ਼ਨ ਖੜੀ ਕੀਤੀ ਆ ਉਸ ਆਰਗੇਨਾਈਜੇਸ਼ਨ ਚ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੀਆਂ ਐਸੈਟਸ ਵੇਚ ਕੇ ਵੀ ਲਾਏ ਆ ਪੈਸੇ ਉਹ ਸਾਰੀ ਜ਼ਿੰਦਗੀ ਆਰਗੇਨਾਈਜੇਸ਼ਨ ਕਿਵੇਂ ਚੱਲੂਗੀ ਆਪਦੇ ਆਪਦੇ ਕੋਲੇ ਤਾਂ ਇੰਨੇ ਪੈਸੇ ਨਹੀਂ ਹੁੰਦੇ ਨਾ ਕੋਈ ਨਾ ਕੋਈ ਸਿਸਟਮ ਤਾਂ ਖੜਾ ਕਰਨਾ ਪਊ ਫੇਰ ਜੇ ਅਜ ਅਮਰੀਕਾ ਕੈਨੇਡਾ ਆਸਟ੍ਰੇਲੀਆ ਦੀ ਧਰਤੀ ਉੱਥੋਂ ਦੀਆਂ ਗਵਰਨਮੈਂਟਸ ਇਹਨਾਂ ਦੀ ਚਿੱਠੀ ਨੂੰ ਇਕਨੋਲਜ ਕਰਦੀਆਂ ਉਹ ਐਂ ਥੋੜੀ ਕਰਨ ਲੱਗ ਪਈਆਂ ਜਾਂ ਤਾਂ ਉਹ ਬੇਵਕੂ ਫੋਣ ਗਏ ਉਹਨਾਂ ਦੀ ਚਿੱਠੀ ਨੂੰ ਇਕਨੋਲਜ ਕਰੀ ਗਏ ਉਹ ਜੇ ਇਹਨਾਂ ਦੀ ਚਿੱਠੀ ਨੂੰ ਇਕਨੋਲਜ ਕਰਦੀਆਂ ਉਹਨਾਂ ਨੂੰ ਪਤਾ ਕੌਮ ਦਾ ਜਰਨਲ ਕੌਣ ਆ ਕੌਮ ਦਾ ਲੀਡਰ ਕੌਣ ਆ ਜੇ ਉਹਦੇ ਲਈ 30000 ਰੁਪਏ ਲੈ ਵੀ ਲਏ ਤਾਂ ਉਹ ਮਾਨ ਸਾਹਿਬ ਨੇ ਆਲਦੀ ਜੇਬ ਚ ਪਾਉਣ ਖ ਮਾਨ ਸਾਹਿਬ ਦੇ ਇੱਕ ਆਰਗੇਨਾਈਜੇਸ਼ਨ ਆ ਭਾਈ ਉਹ ਉਸ ਆਰਗੇਨਾਈਜੇਸ਼ਨ ਨੂੰ ਚਲਾਉਣ ਵਾਸਤੇ ਕੋਈ ਫੰਡ ਕਿਵੇਂ ਲਾਉਂਗੇ ਤੁਸੀਂ ਔਰ ਤੁਹਾਨੂੰ ਉਹ ਪੋਜੀਸ਼ਨ ਨਹੀਂ ਦਿੱਤੀ ਜਾਂਦੀ ਤੁਹਾਨੂੰ ਆਈਸੋਲੇਟ ਕਰਕੇ ਰੱਖਿਆ ਜਾਂਦਾ ਸਿਆਸਤ 'ਚ ਇੱਕ ਗੱਲ ਇਹ ਫਲਾ ਦਿੱਤੀ ਜਾਂਦੀ ਆ ਵੀ ਇਹਨਾਂ ਨੂੰ ਸਿਆਸਤ ਹੀ ਨਹੀਂ ਕਰਨੀ ਆਉਂਦੀ ਇਹ ਤਾਂ ਕਿਰਪਾਨ ਤੇ ੜ ਜਾਂਦੇ ਆ ਜਿਹੜਾ ਗੁਣ ਹੋਣਾ ਚਾਹੀਦਾ ਸੀ ਜਿਹਦੇ ਤੇ ਸਾਡਾ ਮਾਣ ਹੋਣਾ ਚਾਹੀਦਾ ਸੀ ਉਹਨੂੰ ਔਗਣ ਗਣਾ ਕੇ ਪੇਸ਼ ਬਣਾ ਕੇ ਪੇਸ਼ ਕਰਤਾ ਸਾਡੇ ਸਾਹਮਣੇ ਤੇ ਆਪਾਂ ਮੰਨੀ ਵੀ ਗਏ ਹਾਂ ਵੀ ਇਹਨਾਂ ਨੂੰ ਸਿਆਸਤ ਨਹੀਂ ਕਰਨੀ ਆਉਂਦੀ ਤੇ ਜਮਾਂ ਆਈਸੋਲੇਟ ਹੋ ਗਏ ਉਹਨੇ ਸਰਵਾਈਵ ਵੀ ਤਾਂ ਕਰਨਾ ਨਾ ਸੋ ਸਰਵਾਈਵਲ ਕਿੱਥੋਂ ਨਿਕਲੂਗਾ ਸਰਵਾਈਵਲ ਪਬਲਿਕ ਫੰਡਿੰਗ ਤੋਂ ਹੀ ਨਿਕਲਦਾ ਆਰਗੇਨਾਈਜੇਸ਼ਨ ਦਾ ਤੇ ਜੇ ਪਬਲਿਕ ਫੰਡਿੰਗ ਨਹੀਂ ਹੋ ਰਹੀ ਕਿਉਂਕਿ ਉਹਨਾਂ ਨੂੰ ਕਦੇ ਚਮਕਾਇਆ ਹੀ ਨਹੀਂ ਗਿਆ ਸੋ ਫਿਰ ਮਾਨ ਸਾਹਿਬ ਨੇ ਜਿਹੜਾ ਆਵਦਾ ਕੋਈ ਉਹਨਾਂ ਦਾ ਇੱਕ ਕਿਤੇ ਇਕਨੋਲਜ ਕਰਦੀ ਸੀ ਕੋਈ ਬਾਹਰ ਦੀ ਗਵਰਨਮੈਂਟ ਵੀ ਤੁਸੀਂ ਚਿੱਠੀ ਲੈ ਕੇ ਆਓ ਉਹਦੇ ਤੇ 30000 ਰੁਪਏ ਫੀਸ ਵੀ ਰੱਖਦੀ ਕਿੰਨੀ ਕ ਗੱਲ ਆ ਯਾਰ ਉਹ ਹਲੇ ਹੋਰ ਕਿੰਨੇ ਕੁ ਦਹਾਕਿਆਂ ਤੱਕ ਸਾਨੂੰ ਇਹ ਜਿਹੜਾ ਹੈਗਾ ਸੰਘਰਸ਼ ਕਰਨਾ ਪਊਗਾ ਜਿਵੇਂ ਆਪਾਂ ਅੱਜ ਆਪਾਂ ਇਹ ਕਹਿ ਰਹੇ ਆ ਕਿਉਂਕਿ ਮੈਨੂੰ ਵੀ ਇਹੀ ਕਿਸੇ ਨੇ ਕਹਿ ਕੇ ਕਿਤਾਬ ਯਾਰ ਘੱਟੋ-ਘੱਟ ਤੁਸੀਂ ਦਿਖਾਓ ਵੀ ਸਵਾਲ ਚਾਹੇ ਕਰਮ ਕਰ ਲਓ ਕਹਿੰਦੇ ਪਰ ਮਾਨ ਸਾਹਿਬ ਨੂੰ ਤਾਂ ਘੱਟੋ-ਘੱਟ ਦਿਖਾਓ ਇੱਕ ਸੀਟ ਤਾਂ ਜਿੱਤੀਏ ਅੱਜ ਇੱਕ ਸੀਟ ਦੀ ਗੱਲ ਕਰਦੇ 117 ਸੀਟਾਂ ਤੱਕ ਪਹੁੰਚਣ ਲਈ ਕਿੰਨੀਆਂ ਕੁ ਪੀੜੀਆਂ ਭਾਈ ਦੇਖੋ ਇੱਕ ਸਾਡਾ ਜਰਨਲ ਇਹ ਬਹੁਤ ਲੋਕ ਇਹ ਸਵਾਲ ਕਰਦੇ ਆ ਵੀ ਇੱਕ ਸੀਟ ਨਾਲ ਕੀ ਹੋ ਜੂ ਸਰਕਾਰ ਤਾਂ ਬਣਨੀ ਨਹੀਂ ਜਿਹੜੀਆਂ ਸਰਕਾਰਾਂ ਬਣ ਗਈਆਂ ਉਹਨਾਂ ਨੇ ਕੀ ਕਰਤਾ ਸਾਡਾ ਹੁਣ ਜੇ ਇੱਕ ਸਾਡਾ ਜਰਨਲ ਤਾਂ ਇੱਕ ਰੀ ਗੂੰਜੇ ਸਾਡੀ ਆਵਾਜ਼ ਤਾਂ ਗੂੰਜੇ ਜਾ ਕੇ ਅਸੈਂਬਲੀ ਚ ਜਦੋਂ ਦੁਸ਼ਮਣ ਦੇ ਕਿਲੇ ਚ ਸਾਡੀ ਆਵਾਜ਼ ਗੂੰਜੂਗੀ ਫਿਰ ਕੋਈ ਨਹੀਂ ਕਿਲਾ ਵੀ ਸਰ ਕਰ ਲਾਂਗੇ ਸੋ ਅੱਜ ਦੀ ਡੇਟ ਚ ਜਿਹੜੀ ਉਹ ਆਵਾਜ਼ ਆ ਉਹ ਉਹ ਸਾਡੀ ਗੂੰਜਣੀ ਚਾਹੀਦੀ ਆ ਜੇ ਇੱਕ ਆਵਾਜ਼ ਵੀ ਨਾ ਗੂੰਜੀ ਫਿਰ ਅਸੀਂ ਕਰਾਂਗੇ ਕੀ ਸੋ ਇਸ ਕਰਕੇ ਮੇਰੀ ਬੇਨਤੀ ਆ ਸਾਰੇ ਕੌਮ ਨੂੰ ਪੰਜਾਬੀ ਭਾਈਚਾਰੇ ਨੂੰ ਵੀ ਤੁਸੀਂ ਮਾਨ ਸਾਹਿਬ ਨੂੰ ਬਹੁਤ ਮਤ ਨਾਲ ਜਿਤਾਓ ਇਸ ਖਾਤਰ ਆਪਾਂ ਨੂੰ ਸੰਘਰਸ਼ਣਾ ਕਰਨਾ ਪਵੇ ਮਾਨ ਸਾਹਿਬ ਦੀ ਪਾਰਟੀ ਦੇ ਹੋਰ ਨਮਾਇਦਿਆਂ ਨੂੰ ਵੀ ਜਿਤਾਓ ਸਾਨੂੰ ਇਸ ਖਾਤਰ ਕੋਈ ਸੰਘਰਸ਼ਣਾ ਕਰਨਾ ਪਵੇ ਤੇ ਇਸ ਲਈ ਅਗਲੀ ਹਾਰ ਤੋਂ ਕਿਲਾ ਵੀ ਆਪਾਂ ਸਰ ਕਰਾਂਗੇ ਐਡੀ ਕੋਈ ਗੱਲ ਨਹੀਂ ਅਕਾਲਪੁਰ ਖਵਾਈ ਗੁਰੂ ਮੇਰ ਕਰੂਗਾ ਜਥੇਬੰਦੀਆਂ ਕਿਉਂ ਨਹੀਂ ਮਤਲਬ ਕਿ ਵਿਸ਼ਵਾਸ ਕਰ ਰਹੀਆਂ ਜਾਂ ਜਥੇਬੰਦੀਆਂ ਨਾਲ ਕਿਉਂ ਨਹੀਂ ਆ ਰਹੀਆਂ ਸੰਤ ਸਮਾਜ ਸ਼ੋਮਣੀ ਅਕਾਲੀ ਦਲ ਤੇ ਬਸਪਾ ਨੂੰ ਸਿੱਧੇ ਤੌਰ ਤੇ ਤੁਮਾ ਸਾਹਿਬ ਨੇ ਕਿਹਾ ਵੀ ਅਸੀਂ ਉਹਨਾਂ ਨੂੰ ਸਮਰਥਨ ਦਿਆਂਗੇ ਉਹਨਾਂ ਨੂੰ ਇਹ ਪੁੱਛੋ ਵੀ ਜਿਹੜਾ ਸਮਰਥਨ ਤੁਸੀਂ ਉਹਨਾਂ ਨੂੰ ਦਿੱਤਾ ਉਸ ਤੋਂ ਪਹਿਲਾਂ ਆਪਦੇ ਆਪ ਨੂੰ ਇੱਕ ਸਵਾਲ ਕਰੋ ਵੀ ਇਹ ਉਹ ਸੰਤ ਸਮਾਜ ਆ ਜਾਂ ਇਹ ਉਹ ਟਕਸਾਲ ਆ ਜਿਹਦੇ ਪਹਿਲੇ ਮੁਖੀ ਨੇ ਬਾਣੀ ਲਿਖਦੇ ਲਿਖਦੇ ਖੰਡਾ ਵਾਇਆ ਸੀ ਬਾਬਾ ਦੀਪ ਸਿੰਘ ਜੀ ਨੇ ਇਹ ਉਹ ਟਕਸਾਲਾ ਜਿਨ੍ਹਾਂ ਨੇ ਸ਼ਹਾਦਤ ਕਿੱਥੇ ਦਿੱਤੀ ਦਰਬਾਰ ਸਾਹਿਬ ਜਾ ਕੇ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਸ਼ਹਾਦਤ ਕਿੱਥੇ ਦਿੱਤੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਤੁਸੀਂ ਉਸ ਗੱਦੀ ਤੇ ਬਿਰਾਜਮਾਨ ਹੋ ਤੁਸੀਂ ਇਹ ਸਵਾਲ ਆਪਦੇ ਆਪ ਨੂੰ ਕਰੋ ਵੀ ਜੋ ਤੁਸੀਂ ਫੈਸਲੇ ਲੈ ਰਹੇ ਹੋ ਇਹ ਅੱਜ ਜੇ ਸੰਤ ਜਰਨੈਲ ਸਿੰਘ ਹੁੰਦੇ ਉਹਨਾਂ ਨੇ ਵੀ ਇਹ ਫੈਸਲਾ ਲੈਣਾ ਸੀ ਜਿਕੇ ਬਾਬਾ ਦੀਪ ਸਿੰਘ ਹੁੰਦੇ ਉਹਨਾਂ ਨੇ ਵੀ ਇਹੀ ਫੈਸਲਾ ਲੈਣਾ ਸੀ ਇਹ ਸਵਾਲ ਆਪਦੇ ਆਪ ਨੂੰ ਕਰਨਾ ਹੋ ਜੇ ਅੱਜ ਸੰਤ ਜਰਨੈਲ ਸਿੰਘ ਹੁੰਦੇ ਤੱਕੀ ਸ਼ੋਮਣੀ ਅਕਾਲੀ ਦਲ ਦੀ ਆ ਸਥਿਤੀ ਹੁੰਦੀ ਜੋ ਅੱਜ ਦੀ ਕਹੀ ਜਾਂਦੀ ਹੈ ਦੇਖੋ ਜੇ ਸੰਤ ਜਰਨੈਲ ਸਿੰਘ ਅੱਜ ਸਾਡੇ ਚ ਹੁੰਦੇ ਤਾਂ ਫਿਰ ਕੌਮ ਕਿਸ ਕਿਸ ਚੜ ਦੀ ਕਲਾ ਦੇ ਆਲਮ ਚ ਹੁੰਦੀ ਇਹ ਆਪਾਂ ਸਾਰਿਆਂ ਨੂੰ ਪਤਾ ਕਿਉਂ ਕਿਉਂਕਿ ਉਹਨਾਂ ਨੂੰ ਕੋਈ ਸਪਸ਼ਟਤਾ ਚ ਉਹਨਾਂ ਦੀ ਚ ਕੋਈ ਕਿੰਤੂ ਪ੍ਰੰਤੂ ਹੀ ਨਹੀਂ ਸੀ ਉਹਨਾਂ ਨੂੰ ਬਿਲਕੁਲ ਕਲੀਅਰ ਸੀ ਕੌਮ ਦੀ ਪੋਜੀਸ਼ਨ ਕੀ ਆ ਸਾਡੀਆਂ ਸਰਦਾਰੀਆਂ ਕੀ ਆ ਅਸੀਂ ਟਿਕਟਾਂ ਝੋਲੀ ਅਟ ਕੇ ਮੰਗਣ ਵਾਲੇ ਲੋਕ ਆ ਕਿ ਟਿਕਟਾਂ ਦੇਣ ਵਾਲੇ ਲੋਕ ਆ ਅਸੀਂ ਖਰਾਤਾ ਮੰਗਣ ਵਾਲੇ ਲੋਕ ਆ ਕਿ ਖਰਾਤਾ ਦੇਣ ਵਾਲੇ ਲੋਕ ਆ ਸੋ ਉਹਨਾਂ ਦੀ ਸਪਸ਼ਟਤਾ ਚ ਤਾਂ ਕੋਈ ਵੀ ਆਪਾਂ ਕਿੰਤੂ ਪ੍ਰੰਤੂ ਕਰ ਹੀ ਨਹੀਂ ਸਕਦੇ ਫਿਰ ਉਹਨਾਂ ਕੋਲੇ ਉਹ ਸੂਖਮ ਦ੍ਰਿਸ਼ਟੀ ਵੀ ਸੀ ਜਿਹੜੀ ਕਿਸੇ ਕੌਮ ਦੇ ਲੀਡਰ ਕੋਲੇ ਹੋਣੀ ਚਾਹੀਦੀ ਆ ਔਰ ਉਦੋਂ ਸਾਡੇ ਕਿਸੇ ਤਾ ਕਪੂਰ ਸਿੰਘ ਅਰਗੇ ਜਿਹੜੇ ਐਡੇ ਇੰਟੈਲੈਕਚੁਅਲੀ ਆਪਣੇ ਜਿਹੜੇ ਰੋਸ਼ਨ ਦਿਮਾਗ ਸਾਡੇ ਕੋਲੇ ਲੀਡਰ ਵੀ ਬੈਠੇ ਸੀ ਹੋਰ بڑے ਲੀਡਰ ਬੈਠੇ ਸੀ ਪਰ ਸਾਡੀ ਤਰਾਸਦੀ ਇਹ ਇਹ ਰਹੀ ਵੀ ਸਾਡੇ ਕੋਲੇ ਇੱਕ ਸardar simranjit singh ਮਾਨ ਤੋਂ ਬਿਨਾ ਕੋਈ ਅੱਜ ਦੀ ਡੇਟ 'ਚ ਜੇ ਆਪਦੀ ਕੌਮੀਅਤ ਨੂੰ ਰਿਪਰੈਜ਼ੈਂਟ ਕਰਨ ਵਾਲਾ ਪੰਜਾਬੀ ਭਾਈਚਾਰੇ ਨੂੰ ਰਿਪਰੈਜ਼ੈਂਟ ਕਰਨ ਵਾਲਾ ਕੋਈ ਲੀਡਰ ਹੀ ਹੈ ਨਹੀਂ ਬਾਈ ਇੱਕ ਕੱਲ ਤੁਸੀਂ ਹੱਥ 'ਚ ਝਾੜੂ ਫੜਿਆ ਇੱਕ ਸਾਈਡ ਕਿਰਪਾਨ ਕਲ ਲੋਕਾਂ ਦੀ ਇਹ ਵੀ ਰਾਏ ਸੀ ਕਿ ਉਹ ਕਹਿੰਦੇ ਵੀ ਤੁਸੀਂ ਕਿਰਪਾਨ ਤਾਂ ਦਿਖਾ ਰਹੇ ਹੋ ਝਾੜੂ ਤਾਂ ਉਹਨਾਂ ਦਾ ਚੋਣ ਨਿਸ਼ਾਨ ਹੈ ਵੀ ਤੁਸੀਂ ਕਹਿੰਦੇ ਝਾੜੂ ਫੜਨਾ ਉਹ ਕਹਿੰਦੇ ਉਹਨਾਂ ਕੋਲ ਬਾਲਟੀ ਹੈ ਕੌਮ ਤਾਂ ਬਾਲਟੀਆਂ ਚੱਕਣ ਵਾਲੀ ਵੀ ਨਹੀਂ ਹੈਗੀ ਦੇਖੋ ਬਾਲਟੀ ਅਸੀਂ ਤਾਂ ਨਹੀਂ ਲਈ ਸਾਨੂੰ ਜੇ ਇਹ ਕਹਿੰਦੇ ਵੀ ਤੁਸੀਂ ਚੁਣ ਲਓ ਅਸੀਂ ਤਾਂ ਫਿਰ ਦੋ ਸ਼੍ਰੀ ਸਾਹਿਬ ਆਏ ਜਿਹੜੀਆਂ ਲੱਗੀਆਂ ਹੁੰਦੀਆਂ ਉਹ ਚੁਣਦੇ ਇਹ ਤਾਂ ਮਾਨਸਿਕਤਾ ਇਹਨਾਂ ਦੀ ਆ ਬਾਲਟੀਆਂ ਇਹ ਦਿੰਦੇ ਆ ਸਾਨੂੰ ਇਹ ਤਾਂ ਚੋਣ ਕਮਿਸ਼ਨ ਦਿੰਦਾ ਹੁਣ ਮੈਂ ਵੀ ਸੋਚ ਰਿਹਾ ਸੀ ਵੀ ਯਾਰ ਬਾਲਟੀ ਚੋਣ ਕਮਿਸ਼ਨ ਨੂੰ ਵੀ ਸੋਚਣਾ ਚਾਹੀਦਾ ਵੀ ਬਾਲਟੀ ਕਿਵੇਂ ਚੋਣ ਨਿਸ਼ਾਨ ਹੋ ਸਕਦਾ ਯਾਰ ਪਰ ਇਹਨਾਂ ਦੀ ਮਾਨਸਿਕਤਾ ਹੀ ਝਾੜੂ ਬਾਲਟੀਆਂ ਵਾਲੀ ਆ ਸਾਡੀ ਮਾਨਸਿਕਤਾ ਸ਼੍ਰੀ ਸਾਹਿਬ ਵਾਲੀ ਆ ਤੇ ਸਾਡੇ ਕੋਲੇ ਸਾਡੇ ਗੁਰੂ ਨੇ ਸਾਨੂੰ ਪਛਾਣ ਦਿੱਤੀ ਆ ਉਹ ਸੋ ਇਸ ਕਰਕੇ ਉਸ ਪਛਾਣ ਤੋਂ ਮੁਨਕਰ ਨਹੀਂ ਹੋ ਸਕਦੇ ਜਿਹੜਾ ਇੱਕ ਸਾਈਡ ਝਾੜੂ ਫੜਿਆ ਸੀ ਇੱਕ ਸਾਈਡ ਸ਼੍ਰੀ ਸਾਹਿਬ ਪੜੀ ਸੀ ਉਹ ਲੋਕਾਂ ਨੂੰ ਸਿਰਫ ਇੰਨੀ ਗੱਲ ਦੱਸੀ ਸੀ ਵੀ ਤੁਹਾਡੀ ਪਛਾਣ ਕਿਹੜੀ ਆ ਤੁਸੀਂ ਇਹ ਦੱਸੋ ਸਾਨੂੰ ਆਪਦੇ ਆਪ ਨੂੰ ਪੁੱਛ ਲਓ ਆਪਦੇ ਆਪ ਨੂੰ ਜਵਾਬ ਦੇ ਦਿਓ ਲੋਕਾਂ ਨੂੰ ਜਵਾਬ ਮਿਲ ਗਿਆ ਜੇ ਝਾੜੂ ਚੱਕਣਾ ਤਾਂ ਛਿੱਤਰ ਖਾਓਗੇ ਇਹਨਾਂ ਨੇ ਹੱਥ 'ਚ ਝਾੜੂ ਫੜਾ ਦੇਣਾ ਗਲੀਆਂ ਨਾਲੀਆਂ ਸੁੰਭਰਦੇ ਫਿਰਿਓ ਤੇ ਜਦੋਂ ਇਹਨਾਂ ਦਾ ਮਨ ਕਰੂਗਾ ਥੋੜੇ ਆਕੇ ਚਾਰ ਛਤਰ ਵੀ ਮਾਰ ਜਾਣਗੇ ਤੇ ਮੈਜੋਰਿਟੀ ਨੇ ਇਹਨਾਂ ਨੂੰ ਕੀ ਕਰਨਾ ਇਹਨਾਂ ਦੀਆਂ ਵੋਟਾਂ ਪਾਪ ਆ ਗਵਰਨਮੈਂਟਾਂ ਬਣਾਉਣੀਆਂ ਤੇ ਜੇ ਹੱਥ 'ਚ ਸ਼੍ਰੀ ਸਾਹਿਬ ਫੜੀ ਹੋਊਗੀ ਤੇ ਫੇਰ ਨਾ ਤਾਂ ਛਤਰ ਪੈਣ ਤੇ ਜਦੋਂ ਸਮਾਂ ਆਊਗਾ ਉਦੋਂ ਆਪਦੇ ਹੱਕ ਵੀ ਲੈ ਲਾਂਗੇ 24 'ਚ ਕਿਹਦੇ ਲਈ ਪ੍ਰਚਾਰ ਕਰੋਗੇ ਤੇ ਅੱਗੇ 27 'ਚ ਕਿਹਦੇ ਲਈ ਕਰੋਗੇ ਕਿਉਂਕਿ ਤੁਸੀਂ ਪਹਿਲੇ ਜਨੀ ਦੇ ਲਈ ਅੱਜ ਮਾਨ ਸਾਹਿਬ ਲਈ ਕਰ ਲੂ ਏ ਨਾ ਹੋਵੇ ਵੀ 24 ਦੇ ਵਿੱਚ ਕਿਸੇ ਹੋਰ ਲਈ ਕਰਦੇ ਹੋ ਹੁਣ ਭਾਈ ਉਹ ਤਾਂ ਸਮਾਂ ਦੱਸੂ ਪਰ ਜਿੱਥੇ ਮੈਂ ਬਸ ਵੈਗਰ ਨੂੰ ਕਿਵੇਂ ਵੇਖਦੇ ਹੁਣ ਪਾਜਪਾ ਨੂੰ ਬਾਈ ਸਾਡੇ ਦੁਸ਼ਮਣ ਆ ਦੁਸ਼ਮਣ ਕਿਵੇਂ ਬਾਈ ਤੁਹਾਡੇ ਹੌਬੀ ਧਾਲੀ ਵਾਲ ਜਿਹੜੇ ਤੁਹਾਡੀ ਫਿਲਮ ਚ ਕੰਮ ਵੀ ਕਰਨ ਲੱਗੇ ਸੀ ਉਹ ਤੇ ਕਹਿੰਦੇ ਬਹੁਤ ਵਧੀਆ ਪਾਰਟੀ ਇੱਕ ਵਾਰ ਕਹਿੰਦੇ ਮੈਂ ਸਿਰਫ ਮੁਲਾਕਾਤ ਕਰਵਾਉਣੀ ਆਪਣੇ ਸਾਥੀਆਂ ਦੀ ਉਹਨਾਂ ਨੇ ਕਹਣਾ ਬਾਬ ਹੀ ਨਜ਼ਾਰੀ ਆ ਮੇਰੀ ਗੱਲ ਸੁਣੋ ਹੁਣ ਮੈਂ ਜਦੋਂ ਸਣੀ ਬਾਈ ਨਾਲ ਮੇਰਾ ਤਾਂ ਪਰਿਵਾਰਕ ਰਿਲੇਸ਼ਨ ਸੀ ਜਦੋਂ ਉਹਨਾਂ ਨੂੰ ਟਿਕਟ ਮਿਲੀ ਤੇ ਮੇਰਾ ਵਾਸਤਾ ਇਹਨਾਂ ਸਾਰਿਆਂ ਨਾਲ ਪਿਆ ਮੈਂ ਤਾਂ ਕਦੇ ਮੁਨਕਰ ਹੀ ਨਹੀਂ ਹੋਇਆ ਵੀ ਮੈਂ ਮੋਦੀ ਸਾਹਿਬ ਤੋਂ ਲੈ ਕੇ ਅਮਿਤ ਸ਼ਾ ਨਿਤਨ ਗੜਕਰੀ ਪਿਊਸ਼ ਗੋਇਲ ਇਹਨਾਂ ਸਾਰਿਆਂ ਨੂੰ ਜਾਣਦਾ ਹੈਨਾ ਔਰ ਇਹਨਾਂ ਨੂੰ ਮੈਂ ਬੜੇ ਨੇੜੇੋਂ ਦੇਖਿਆ ਹੋਇਆ ਪਰ ਜਦੋਂ ਸਾਡੇ ਤੇ ਕੋਈ ਮੁਸੀਬਤ ਆਈ ਉਦੋਂ ਮੈਂ ਆਪਣੀ ਕੌਮੀਅਤ ਨੂੰ ਆਪਦੇ ਇਤਿਹਾਸ ਨੂੰ ਸਾਡੇ ਜਿਹੜੇ ਲੋਪੋਰਸ਼ ਤੇ ਇਹਨਾਂ ਨੂੰ ਆਪਾਂ ਕਹਿ ਦਈਏ ਸਾਡੇ ਆਗੂ ਸਾਡੇ ਜਰਨੈਲ ਸੰਤ ਚਨਾਲ ਸਿੰਘ ਭਿੰਡਰਾ ਵਾਲਿਆਂ ਨੂੰ ਜਾਂ ਹੋਰ ਸਾਡੇ ਆਗੂਆਂ ਨੂੰ ਸਾਡੇ ਗੁਰੂ ਸਾਹਿਬਾਨਾਂ ਨੂੰ ਉਹ ਉਹ ਸਿਧਾਂਤਾਂ ਨੂੰ ਸਮਝਿਆ ਉਦੋਂ ਪਹਿਲਾਂ ਸਿਧਾਂਤ ਦੀ ਸਮਝ ਨਹੀਂ ਸੀ ਜਦੋਂ ਤੱਕ ਤੁਹਾਡੇ ਕੋਲੇ ਸਿਧਾਂਤ ਦੀ ਸਮਝ ਨਾ ਹੋਵੇ ਨਾ ਕਿਹੜੇ ਪਾਸੇ ਖੜੋਂਗੇ ਜਾ ਕੇ ਉਹ ਸਾਨੂੰ ਪਤਾ ਹੀ ਨਹੀਂ ਲੱਗਦਾ ਹੁੰਦਾ ਸੋ ਜਦੋਂ ਸਿਧਾਂਤ ਦੀ ਸਮਝ ਆਈ ਉਦੋਂ ਆਪਦੇ ਪਾਸੇ ਆ ਕੇ ਖੜ ਗਏ ਹੁਣ ਇਹ ਵੀ ਗੱਲ ਆ ਵੀ ਇਹ ਤਾਂ ਵਾਇਗਰੂ ਨੇ ਤੁਹਾਨੂੰ ਹਿੰਮਤ ਹੌਸਲਾ ਬਖਸ਼ਣਾ ਹੁੰਦਾ ਕੱਲ ਨੂੰ ਮੈਂ ਵੀ ਕਿਸੇ ਪਾਸੇ ਤੁਰ ਗਿਆ ਜੁੱਤੀਆਂ ਮਾਰਿਓ ਮੇਰੇ ਇਹ ਤਾਂ ਬੰਦਾ ਫਿਰ ਡਿਸਰਵ ਕਰਦਾ ਨਾ ਪਰ ਜਿੱਥੇ ਅੱਜ ਖੜੇ ਆ ਉੱਥੇ ਹੀ ਖੜੇ ਰਹਾਗੇ ਤੇ ਜੋਰਾ ਵਾਲ ਦੇ ਮਾਰੇ ਜਦੋਂ ਪਤਾ ਲੱਗਿਆ ਇਹ ਵੀ ਪਤਾ ਲੱਗਦਾ ਕਿ ਇਹਨੇ ਜੋਰਾ ਰੀਪੀਟ ਦੇ ਵਿੱਚ ਉਹ ਤੁਹਾਡੇ ਨਾਲ ਕੰਮ ਕਰ ਰਿਹਾ ਹਾਂਜੀ ਜੋਰਾ ਰੀਲੋਡਡ ਚੋਂ ਸੀਗੇ ਤੋ ਜੋਰਾ ਰੀਲੋਡਡ ਹੈ ਪੁਰਾਣੀ ਕਹਾਣੀ ਆ ਜਾਂ ਉਹ ਪਹਿਲੇ ਪਾਰਟ ਚ ਉਹਨਾਂ ਦੀ ਤਾਂ ਵੈਸੇ ਉਹ ਮਰ ਗਏ ਸੀ ਪਰ ਜੇ ਪੁਰਾਣੀ ਕਹਾਣੀ ਆ ਤਾਂ ਉਹਨਾਂ ਨੇ ਵਾਪਸ ਆਉਣਾ ਸੀ ਪਰ ਹੁਣ ਉਹਨਾਂ ਦੀ ਜਦੋਂ ਐਸੋਸੀਏਸ਼ਨ ਬੀਜੇਪੀ ਨਾਲ ਹੋ ਗਈ ਤੇ ਉਸ ਐਸੋਸੀਏਸ਼ਨ ਨੂੰ ਸਿਧਾਂਤਕ ਲੈਵਲ ਤੇ ਜੇ ਦੇਖੀਏ ਫਿਰ ਉਹਨਾਂ ਨੂੰ ਫਿਲਮ ਚੋਂ ਪਾਸੇ ਕਰਨਾ ਪਿਆ ਇਸ ਕਰਕੇ ਆਪਾਂ ਕੱਢਤਾ ਜੀ ਕੱਢਤੇ ਆਂ ਜੀ ਜੀ ਕਿ ਪਹਿਲੇ ਮਰ ਗਏ ਸੀ ਉਹ ਮਾਰਤੇ ਹੁਣ ਹੁਣ ਲੋਕ ਐਸੇ ਕਮੈਂਟ ਕਰ ਰਹੇ ਕਹਿੰਦੇ ਹੁਣ ਜ਼ਮੀਰ ਮਰ ਗਿਆ ਕਿਹਨਾਂ ਦਾ ਉਹਨਾਂ ਦਾ ਹੀ ਨਹੀਂ ਦੇਖੋ ਗੱਲ ਇਹ ਆ ਜਾਂ ਤਾਂ ਹੌਬੀ ਬਾਈ ਨੂੰ ਬੀਜੇਪੀ ਛਡਾਵਾਂਗੇ ਇਹ ਆਪਦੇ ਵਾਲੇ ਪਾਸੇ ਲੈ ਕੇ ਆਵਾਂਗੇ ਜਾਂ ਫਿਰ ਉਹ ਕੰਮ ਕਦੇ ਉਹਨਾਂ ਨਾਲ ਨਹੀਂ ਇਕੱਠਾ ਕਰ ਸਕਦੇ ਮੇਰੀ ਤਾਂ ਇੱਕ ਫਿਲਮ ਸ਼ੂਟ ਹੋਈ ਪਈ ਆ 60 70% ਹੌਬੀ ਬਾਈ ਉਹਨਾਂ ਚ ਉਹਦੇ ਚ ਮੇਨ ਕੈਰੈਕਟਰ ਆ ਮੇਰੇ ਤਾਇਆ ਬਣਿਆ ਉਹਦੇ ਚ ਦੇਸੀ ਹੁਣ ਉਹਦਾ ਕੀ ਕਰਾਂਗੇ ਇਹ ਵੀ ਨਹੀਂ ਪਤਾ ਪੰਗਾ ਤਾਂ ਲੈ ਲੈਨੇ ਆਪਾਂ ਪਰ ਬਾਅਦ ਚ ਦੇਖੀਦਾ ਕੀ ਪਰ ਜਦੋਂ ਤੱਕ ਉਹ ਭਾਜਪਾ ਨਾਲ ਉਹਨਾਂ ਦਾ ਸਬੰਧ ਆ ਉਦੋਂ ਤੱਕ ਕੰਮ ਨਹੀਂ ਕਰਾਂਗੇ ਫਿਰ ਪੂਰਾ ਸਟੈਂਡ ਲਿਆ ਹੋਇਆ ਹਾਂਜੀ ਹਾਂਜੀ